ਵਾਹਿਗੁਰੂ ਸਾਹਿਬ ਜੀ ਚਕਰ ਜਹਨ ਅਰ ਬਰਨ ਜਾਤ ਅਰ ਪਾਤ ਨਹਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿਨਾ ਸਕਤ ਕੇਹ ਅਜਲ ਮੂਰਤ ਅਨਭੋ ਪ੍ਰਕਾਸ਼ ਅਮਤੋਜ ਕਹਿਜਾ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣਜ ਜੈ ਤੇਰ ਭਵਨ ਮਹੀਪ ਸੁਰ ਨਰ ਅਸੁਰ ਨੇ ਤਨੇਤ ਬਣ ਤ੍ਰਿਣ ਕਹਿਤ ਤਵਾ ਸਰਬਨਾਮ ਕਥ ਕਵਨ ਕਰਮਨਾਮ ਬਰਨਤ ਸੁਮਤ ਮੂਕ ਉਚਰ ਸਾਸਤਰ ਖਟ ਪੈੰਗ ਗਰਨ ਚੜ ਜਾਏ ਆਨ ਦਲਖ ਬਦਰੋ ਸੁਨਾ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਸ਼ ਹਮਾਰੇ ਬਰਨ ਸਕ ਮਹਿਮਾ ਜੇ ਤਹਾਰੇ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੁ ਤੁਮ ਕਥਾ ਸੁਧਾਰੇ ਹਮ ਨਾ ਸਕਤ ਕਰ ਸਿਫਤ ਤੁਮਾਰੇ ਆਪ ਲਿਹੁ ਤੁਮ ਕਥਾ ਸੁਧਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਬਹਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧ ਹੈ ਨਿਤ ਪਾਰਚ ਬਹਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧਹਿ ਨਿਤ ਪਾਰਚ ਮਾਤਬੇ ਭਜ ਦਿਨ ਨਿਤ ਰਣੀ ਜਨਮ ਪਦਾਰਥ ਜੀਤ ਹਰ ਸ਼ਰਣੀ ਰਹਾਉ ਕਰਤ ਵਿਚਾਰ ਦਉ ਕਰ ਝਾਰਤ ਰਾਮ ਰਤਨ ਰਿਤ ਤਲ ਨਹੀਂ ਧਾਰਤ ਪर्ण पोਖਣ ਸੰਗ ਔਤ ਬਿਹਾਨੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸ਼ਰਨ ਸਮਰਥ ਅਗੋਚਰ ਸੁਆਮੀ ਉਦਰ ਨਾਨਕ ਪ੍ਰਭ ਅੰਤਰ ਜਾਮੀ ਸ਼ਰਨ ਸਮਰੱਥ ਅਗੋਚਰ ਸੁਆਮੀ ਉਦਰ ਨਾਨਕ ਪ੍ਰਭ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ਼ ਪਤ ਪਾਵਨ ਭਗਤ ਬਸ਼ਲ ਕਿਰਪਾ ਦੇ ਖਜ਼ਾਨੇ ਖੰਡਾ ਬ੍ਰਹਮਣਾਂ ਦੇ ਮਾਲਕ ਸਤਿਗੁਰੂ ਦਸਾਂ ਹੀ ਪਾਤਸ਼ਾਹਾਂ ਦੇ ਆਤਮਕ ਰੂਪ ਤਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਪਾਵਨ ਲੱਗੇ ਗੋਦ ਅੰਦਰ ਸਭਾਏ ਮਾਣ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਡਪਾਗੇ ਹਾਂ ਜਨਾਂ ਨੂੰ ਸਤਿਗੁਰੂ ਸਾਹਿਬ ਜੀ ਦੇ ਪਾਵਨ ਸਤਸੰਗਤ ਦੀਆਂ ਕੜੀਆਂ ਪ੍ਰਾਪਤ ਹੋਈਆਂ ਹਨ ਆਪ ਗੁਰਮਖੰਦ ਦੀ ਰਸਨਾ ਪਾਸੋਂ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਕੇ ਜਨਮ ਦਾ ਲਾਹਾ ਪ੍ਰਾਪਤ ਕਰ ਰਹੇ ਸੀ ਹੁਣ ਜੋ ਸਮਾਗਮਾਂ ਦੀ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਵੇਰੇ ਦਿਆਲਤਾ ਦੇ ਘਰ ਵਿੱਚ ਆਣ ਕਰਕੇ ਜੋ ਪਾਵਨ ਪਵਿੱਤਰ ਹੁਕਮਨਾਮੇ ਦੀ ਬਖਸ਼ਿਸ਼ ਸਾਡੇ ਤੇ ਕੀਤੀ ਹੈ ਜੋ ਅੱਜ ਦੇ ਦਿਹਾੜੇ ਜੋ ਹੁਕਮਨਾਮੇ ਬਖਸ਼ਿਸ਼ ਪ੍ਰਾਪਤ ਹੋਏ ਹਨ ਉਹਦੇ ਦੁਆਰਾ ਜੋ ਕਿਰਪਾਲੂ ਜੀ ਸਾਡੇ ਤੇ ਦਇਆ ਕਰ ਰਹੇ ਹਨ ਉਹ ਮਨ ਚਿਤ ਵਰਤਿਆ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਹੀ ਮਹੱਲਾ ਪੰਜਵਾਹ ਬਹਤੀ ਜਾਤ ਕਦੇ ਦ੍ਰਿਸ਼ਟਨਾ ਧਾਰਤ ਸੋਹੀ ਰਾਗ ਦੇ ਅੰਦਰ ਪੰਜਵੇਂ ਪਾਠ ਸਾਹਿਬਾਂ ਦੇ ਸਰਤਾਜ ਕਿਰਪਾਲੂ ਸਤਗੁਰੂ ਸਾਹਿਬ ਜੀ ਦੀਨ ਦੁਨੀਆਂ ਦੇ ਵਾਲੀ ਜਿੰਨਾ ਬਾਬਤ ਆਪਾਂ ਪੜਦੇ ਹਾਂ ਕਿ ਪਣ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਪਟ ਮਥਰਾ ਜੀ ਕਹਿੰਦੇ ਦੁਨੀਆਂ ਦੇ ਲੋਕੋ ਕੋਈ ਭੇਦ ਨਹੀਂ ਹੈ ਤਨ ਸਤਿਗੁਰੂ ਸਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪ੍ਰਤਖ ਹਰੀ ਹਨ ਹਰੀ ਆਕਾਲ ਪੁਰਖ ਵਾਹਿਗੁਰੂ ਨੇ ਆਪ ਆਪਣਾ ਸਰਗੁਣ ਸਰੂਪ ਧਾਰਨ ਕੀਤਾ ਹੋਇਆ ਹੈ ਉਹ ਸਤਿਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਕਰ ਰਹੇ ਨੇ ਗੁਰੂ ਕਾ ਸਖਾ ਕਦੀ ਚਿਤ ਕਰਕੇ ਵਰਾਗ ਤੇ ਧਾਰਨ ਕਰਨਾ ਵਿਚਾਰ ਕਰ ਇਹ ਜਿਹੜਾ ਜੀਵਨ ਹੈ ਦਿਨ ਪ੍ਰਤੀ ਮੁੱਕਦਾ ਜਾ ਰਿਹਾ ਹੈ ਬਹਿਤੀ ਜਾਤ ਕਦੇ ਦ੍ਰਿਸ਼ ਨ ਧਾਰਤ ਇਹ ਜਿਹੜੀ ਜੀਵਨ ਰੂਪੀ ਡੋਰੀ ਹੈ ਇਹ ਵਹਿਂਦੀ ਜਾ ਰਹੀ ਹੈ ਜਿਵੇਂ ਆਪਾਂ ਦਰਿਆਵਾਂ ਦੇ ਕੰਢਿਆਂ ਤੇ ਜਾ ਕਰਕੇ ਨਦੀਆਂ ਨਹਿਰਾਂ ਦੇ ਕੰਢਿਆਂ ਤੇ ਜਾ ਕਰਕੇ ਵੇਖਦੇ ਹਾਂ ਬੜੀ ਤੇਜ਼ੀ ਦੇ ਨਾਲ ਪਾਣੀ ਕੰਢਿਆਂ ਨੂੰ ਖੋਰਦਾ ਹੋਇਆ ਅਗਾਹਾਂ ਨੂੰ ਤੁਰਿਆ ਜਾਂਦਾ ਹੈ ਉਹ ਵੇਖਿਆ ਸੀ ਜਾ ਕਰਕੇ ਕਿ ਐ ਨੱਕੋ ਨੱਕ ਭਰਿਆ ਹੋਇਆ ਪਾਣੀ ਚੱਲਿਆ ਜਾ ਰਿਹਾ ਸੀ ਅਗਲੇ ਦਿਹਾੜੇ ਗਏ ਪਾਣੀ ਫਿਰ ਵਹਿ ਰਿਹਾ ਸੀ ਪਰ ਜਿਹੜਾ ਲੰਘ ਚੁੱਕਾ ਉਹ ਦੁਬਾਰਾ ਕਦੀ ਮੁੜ ਕੇ ਨਹੀਂ ਆਵੇ ਜਿਹੜਾ ਕੱਲ ਦੇ ਦਿਨ ਲੰਘ ਗਿਆ ਪਾਣੀ ਉਹ ਦੁਬਾਰਾ ਮੁੜ ਕਰਕੇ ਉਸ ਬੰਨੇ ਨਾਲ ਦੁਬਾਰਾ ਖਹਿਣਾ ਨਹੀਂ ਹੈ ਇਸ ਤਰੀਕੇ ਦੇ ਨਾਲ ਕਿਰਪਾਲੂ ਜੀ ਸਮਝਾਉਂਦੇ ਹਨ ਗੁਰੂ ਕਾ ਸਿਖਾਏ ਜਿਹੜਾ ਸਵਾਸਾਂ ਰੂਪੀ ਹੜ ਕੱਲ ਦੇ ਦਿਹਾੜੇ ਬਤੀਤ ਹੋ ਚੁੱਕਿਆ ਹੈ ਉਹ ਮੁੜ ਕੇ ਵਾਪਸ ਪ੍ਰਤਨਾ ਨਹੀਂ ਹੈ ਜਿਹੜੇ ਲੰਘ ਚੁੱਕੇ ਨੇ ਦੁਬਾਰਾ ਪਰਤ ਕਰਕੇ ਆਉਣੇ ਨਹੀਂ ਕਦੀ ਤੈਨੂੰ ਦ੍ਰਿਸ਼ਟੀ ਵਿੱਚ ਆਏ ਹਨ ਇਹ ਤੈਨੂੰ ਵਿਚਾਰ ਕਰਨੀ ਚਾਹੀਦੀ ਹੈ ਜਿਵੇਂ ਮਹਾਂਪੁਰਖਾਂ ਦੀ ਬੜੀ ਸੁੰਦਰ ਕਥਾ ਹੁੰਦੀ ਹੈ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਸੰਤ ਜਨ ਮਹਾਤਮਾ ਇੱਕ ਰਾਜੇ ਦੇ ਦਰਬਾਰ ਦੇ ਬਾਹਰ ਜਾ ਕਰਕੇ ਖਲੋ ਗਏ ਪਹਿਰੇਦਾਰ ਜਿਹੜੇ ਬਾਹਰ ਪਹਿਰਾ ਦਿੰਦੇ ਸਨ ਉਹਨਾਂ ਨੂੰ ਕਹਿਣ ਲੱਗੇ ਭਾਈ ਅਸੀਂ ਆ ਤੁਹਾਡੀ ਸਰਾਂ ਦੇ ਵਿੱਚ ਅੱਜ ਦੀ ਰਾਤ ਕੱਟਣੀ ਹੈ ਉਹ ਪਹਿਰੇਦਾਰ ਕਹਿਣ ਲੱਗੇ ਮਹਾਂਪੁਰਖੋ ਪਰਮੇਸ਼ਰ ਦੇ ਪਿਆਰੇ ਉਹ ਇਸਰਾ ਨਹੀਂ ਇਹ ਰਾਜ ਦਰਬਾਰ ਹੈ ਕਹਣ ਲੱਗੇ ਨਹੀਂ ਭਾਈ ਸਾਨੂੰ ਤੇ ਸ਼ਰਾਮ ਪ੍ਰਤੀਤ ਹੁੰਦੀ ਹੈ ਉਸ ਸਮੇਂ ਉਹ ਆਪਣੀ ਗੱਲ ਤੇ ਅੜ ਗਏ ਜਿਹੜੇ ਪਹਿਰੇਦਾਰ ਖਲੋਤੇ ਸਨ ਚਾਹੀਦਾ ਤੇ ਉਹਨਾਂ ਨੂੰ ਸੀ ਕਿ ਮਹਾਤਮਾ ਦੇ ਬਚਨ ਮੰਨ ਲੈਣ ਕਿ ਮਹਾਤਮਾ ਦੇ ਬਚਨ ਸਾਥ ਹੀ ਹੋਣਗੇ ਉਹ ਕਹਣ ਲੱਗੇ ਸਾਧੂ ਤੁਸੀਂ ਥੋੜੇ ਜੇ ਮਸਤਾਨੇ ਲੱਗਦੇ ਜੇ ਸਾਨੂੰ ਇਹ ਰਾਜ ਦਰਬਾਰ ਹੈ ਸ਼ਰਾ ਨਹੀਂ ਹੈ ਮਾਪੁਰ ਕਹਿੰਦੇ ਐਵੇਂ ਨਰਨਾ ਨਹੀਂ ਹੋਣਾ ਜਾਓ ਆਪਣੇ ਜਾ ਕੇ ਰਾਜੇ ਨੂੰ ਪੁੱਛ ਲਓ ਬਾਦਸ਼ਾਹ ਦੇ پاس ਗਏ ਕਹਨ ਲੱਗੇ ਮਹਾਰਾਜ ਇੱਕ ਬਾਰ ਮਸਤਾਨੇ ਜੇ ਸਾਧੂ ਆਏ ਨੇ ਦੋ ਤਿੰਨ ਉਹਨਾਂ ਦੇ ਸਾਥੀ ਨੇ ਨਾਲ ਸਾਨੂੰ ਵਾਰ-ਵਾਰ ਤੰਗ ਕਰੀ ਜਾਂਦੇ ਨੇ ਕਹਿੰਦੇ ਇਸ ਸਰਾਮ ਵਿੱਚ ਰਾਤ ਕੱਟਣੀ ਅਸੀਂ ਰਾਜਾ ਕਹਨ ਲੱਗਾ ਤੁਸੀਂ ਨਾ ਝਗੜਾ ਕਰੋ ਉਹਨਾਂ ਨਾਲ ਉਹਨਾਂ ਨੂੰ ਮੇਰੇ پاس ਲੈ ਕਰਕੇ ਆ ਜਾਓ ਰਾਜੇ ਦੇ پاس ਲੈ ਆਂਦਾ ਮਹਾਤਮਾ ਮਾਪੁਰਖਾਂ ਨੂੰ ਉਸ ਸਮੇਂ ਪੁਛਿਆ ਹਾਂ ਮਾਪੁਰਖੋ ਕੀ ਬਚਨ ਕਰਨਾ ਚਾਹੁੰਦੇ ਕਹਿਣ ਲੱਗੇ ਰਾਜਨ ਬਚਨ ਕੋਈ ਨਹੀਂ ਹੈ ਅਸੀਂ ਤੇਰੇ ਪਹਿਰੇਦਾਰਾਂ ਨੂੰ ਇੰਨਾ ਕਿਹਾ ਸੀ ਕਿ ਆਹ ਸਰਾ ਵਿੱਚ ਸਾਨੂੰ ਰਾਤ ਕੱਟ ਲੈਣ ਦਿਓ ਇਹ ਅੱਗੋਂ ਸਾਡੇ ਨਾਲ ਝਗੜਾ ਕਰਦੇ ਨੇ ਕਹਿੰਦੇ ਇਹ ਸਰਾ ਨਹੀਂ ਹੈ ਤੇ ਬਾਦਸ਼ਾਹ ਕਹਿਣ ਲੱਗਾ ਮਹਾਰਾਜ ਮਾਪੁਰਖੋ ਪਰਮੇਸ਼ਰ ਦੇ ਪਿਆਰੇ ਉਹ ਵਾਕਿਆ ਹੀ ਇਹ ਸਰਾ ਨਹੀਂ ਹੈ ਇਹ ਮੇਰਾ ਦਰਬਾਰ ਹੈ ਕਹਿਣ ਲੱਗੇ ਅੱਛਾ ਭਾਈ ਕਹਿੰਦੇ ਅਸੀਂ ਕੁਝ ਕਵਰੇ ਪਹਿਲਾਂ ਇੱਥੇ ਆਏ ਸੀ ਇੱਥੇ ਭਾਈ ਤੂੰ ਨਹੀਂ ਸੀ ਬੈਠਾ ਹੋਇਆ ਇੱਥੇ ਇੱਕ ਬਜ਼ੁਰਗ ਜਿਹਾ ਮਨੁੱਖ ਸੀ ਉਹਨੂੰ ਇੱਥੇ ਲੋਕ ਬਾਦਸ਼ਾਹ ਕਹਿੰਦੇ ਸਨ ਕਹਣ ਲੱਗੇ ਜੀ ਉਹ ਬਜ਼ੁਰਗ ਮੇਰੇ ਦਾਦਾ ਜੀ ਸਨ ਅੱਛਾ ਥੋੜੇ ਕੁ ਬਰਿਆਂ ਬਾਅਦ ਫੇਰ ਆਏ ਸੀ ਉਦੋਂ ਉਹ ਬਜ਼ੁਰਗ ਨਹੀਂ ਸੀ ਉਦੋਂ ਕੋਈ ਹੋਰ ਇੱਥੇ ਰਾਜ ਕਰਦਾ ਸੀ ਕੋਈ ਹੋਰ ਇੱਥੋਂ ਦਾ ਮਾਲਕ ਸੀ ਹਾਂ ਮਾਪੁਰਖੋ ਮੇਰਾ ਪਿਤਾ ਸੀ ਤੇ ਗੱਲ ਟਿਕਾਣੇ ਲੱਗ ਗਈ ਰਾਜੇ ਦੀਆਂ ਅੱਖਾਂ 'ਚੋਂ ਪਾਣੀ ਵਹਿ ਤੁਰਿਆ ਮਾਪੁਰਖੋ ਕਹੜਾ ਕੀ ਚਾਉਂਦੇ ਹੋ ਕਹਿਣ ਲੱਗੇ ਫਿਰ ਤੈਨੂੰ ਵਿਚਾਰ ਤੇ ਆ ਹੀ ਗਈ ਜਿਸ ਥਾਂ ਤੇ ਕੋਈ ਸਦੀਵ ਨਾ ਰਹਿੰਦਾ ਹੋਵੇ ਜਿੱਥੇ ਕਦੀ ਸਦੀਵ ਕਾਲ ਕਿਸੇ ਦਾ ਵਾਸਾ ਨਾ ਹੋਵੇ ਉਹਨੂੰ ਸਰਾਇਂ ਕਹਿੰਦੇ ਨੇ ਮਾ ਉਹਨੂੰ ਹੋਰ ਕੀ ਕਿਹਾ ਜਾ ਸਕਦਾ ਆਪਾਂ ਆਏ ਆ ਇੱਥੇ ਇਸਥਾਨ ਤੇ ਮਾਪੁਰਖਾਂ ਦੀ ਵਰਸੀ ਬਣਾਉਣ ਵਾਸਤੇ ਮਹਾਤਮਾ ਗੁਰਮukh ਪਿਆਰੇ ਮਾਪੁਰਖਾਣੇ ਬਾਬਾ ਸੇਵਾ ਸਿੰਘ ਜੀ ਹੁਣਾਂ ਨੇ ਕਹਿ ਕਰਕੇ ਸਿੰਘਾਂ ਨੂੰ ਤੇ ਸਰਾਵਾਂ ਖਲਾ ਦਿੰਦਾ ਤੇ ਸਰਾਾਂ ਦੇ ਨਾਲ ਕੋਈ ਜਿਹੜਾ ਕਮਰਾ ਮਿਲ ਗਿਆ ਸਾਨੂੰ ਸਫਾਈ ਰੱਖਦੇ ਹਾਂ ਕਿ ਪਿਛੋਂ ਆਉਣ ਵਾਲੇ ਨੂੰ ਇਹ ਨਾ ਲੱਗੇ ਕਿ ਇੱਥੇ ਕੌਣ ਰਹਿ ਕੇ ਕੋ ਸਭ ਕੁਝ ਕਰਦੇ ਹਾਂ ਐ ਪਰ ਉਸ ਕਮਰੇ ਨਾਲ ਆਪਣਤ ਨਹੀਂ ਹੈ ਇਹ ਮੋਹ ਨਹੀਂ ਕਿ ਮੈਂ ਸਦੀਵ ਇੱਥੇ ਰਹਿਣਾ ਪਤਾ ਹੈ ਕਿ ਇਹ ਕੁਝ ਦਿਨਾਂ ਵਾਸਤੇ ਮਿਲਿਆ ਬਾਚੇ ਦੀ ਚਾਬੀ ਫੜਾ ਕੇ ਤੇ ਇਥੋਂ ਜਾਣਾ ਪੈਣਾ। ਐਵੇਂ ਹੀ ਪਰਮੇਸ਼ਰ ਦੇ ਪਿਆਰੇ ਜੁਗਤੀ ਨਾਲ ਮੁਕਤੀ ਦੇਣ ਵਾਸਤੇ ਕਹਨ ਲੱਗੇ ਬਾਦਸ਼ਾਹ ਜਿੱਥੇ ਰਹਿੰਦਾ ਹੀ ਕੋਈ ਨਾ ਹੋਵੇ। ਜਿੱਥੇ ਅਦਲਾ ਬਦਲੀ ਚਲਦੀ ਰਹੇ ਉਹਨੂੰ ਫਿਰ ਰਾਜ ਦਰਬਾਰ ਕਿਵੇਂ ਕਿਹਾ ਜਾ ਸਕਦਾ ਹੈ ਉਹ ਫਿਰ ਸਰਾ ਹੀ ਹੈ ਨਾ। ਜਿਹਨੂੰ ਆਪਾਂ ਗੁਰੂ ਕੀ ਬਾਣੀ ਚ ਪੜਦੇ ਗੋਇਲ ਆਇਆ ਗੋਇਲੀ। ਕਿਆ ਤਸ ਡੰਪ ਪਸਾਰ ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰਬਾਰ ਜਿਵੇਂ ਗੋਇਲ ਨਾਮ ਹੁੰਦਾ ਹੈ ਜਿਨ੍ਹਾਂ ਨੂੰ ਆਪਾਂ ਗਵਾਲੇ ਅਜੋਕੀ ਭਾਸ਼ਾ ਚ ਜਿਨ੍ਹਾਂ ਨੂੰ ਆਪਾਂ ਗੁੱਜਰ ਕਹਿੰਦੇ ਉਹ ਕੱਚੇ ਦੇ ਘਰ ਬਣਾ ਕੇ ਤੇ ਡੇਰਾ ਲਾ ਕਰਕੇ ਬਹਿ ਜਾਂਦੇ ਜੇ ਕੋਈ ਉਹਨਾਂ ਨੂੰ ਆਖੇ ਕਿ ਭਲੇ ਮਾਨਸੋ ਇੰਨਾ ਤੁਸੀਂ ਦੁੱਧ ਵੇਚਦੇ ਜੇ ਇੰਨੀ ਤੁਹਾਡੇ ਪਾਸ ਮਾਇਆ ਹੈ ਤੁਸੀਂ ਪੱਕੇ ਬਣਾ ਕੇ ਕਿਉਂ ਨਹੀਂ ਬੈਂਦੇ ਤੇ ਉਹਨਾਂ ਦਾ ਜਵਾਬ ਹੁੰਦਾ ਸਰਦਾਰਾ ਜਦੋਂ ਇੱਥੋਂ ਪੱਠਾ ਮੁੱਕ ਗਿਆ ਨਾ ਅਸੀਂ ਆਪਣੇ ਪਸ਼ੂ ਲੈ ਕੇ ਤੇ ਅਗਾਹ ਨੂੰ ਤੁਰ ਜਾਉਂਦੇ। ਏਵੇਂ ਹੀ ਸਤਿਗੁਰੂ ਸਾਹਿਬ ਜੀ ਉਪਦੇਸ਼ ਦੇ ਰਹੇ ਨੇ ਅੱਜ ਦੇ ਦਿਹਾੜੇ ਸੱਜਣਾ ਜਿਵੇਂ ਉਹ ਤੁਰੇ ਜਾ ਰਹੇ ਨੇ ਉਹਨਾਂ ਨੂੰ ਪਤਾ ਇਹ ਜਦੋਂ ਇੱਥੋਂ ਦਾਣਾ ਪਾਣੀ ਮੁੱਕ ਗਿਆ ਅਗਾਹ ਜਾਣਾ ਪੈਣਾ ਹੈ। ਏਵੇਂ ਚੇਤਾ ਰੱਖ ਜਿਸ ਦਿਨ ਇਸ ਜਿਹੜੀ ਆਦੇਹੀ ਮਿਲੀ ਹੈ ਜਿਸ ਦਿਨ ਇਸ ਦਾ ਦਾਣਾ ਪਾਣੀ ਇਸ ਸੰਸਾਰ ਤੋਂ ਮੁੱਕ ਗਿਆ ਨਾ ਫਿਰ ਇੱਥੇ ਤੂੰ ਇੱਕ ਪਲ ਵੀ ਇੱਥੇ ਟਿਕ ਨਹੀਂ ਸਕਣਾ ਇੱਥੋਂ ਅਗਾਹ ਨੂੰ ਤੁਰਨਾ ਪੈਣਾ ਤੇ ਉਹ ਤੁਰਨ ਦੀ ਤਿਆਰੀ ਹਰ ਰੋਜ਼ ਨਿਰੰਤਰ ਚੱਲ ਰਹੀ ਹੈ ਇਹ ਨਹੀਂ ਕਿ ਕੋਈ ਦਿਨ ਵਿੱਚੋਂ ਛੁੱਟੀ ਹੈ ਸਰਕਾਰੀ ਦਫ਼ਤਰਾਂ ਪ੍ਰਾਈਵੇਟ ਆਧਾਰਿਆਂ 'ਚ ਛੁੱਟੀਆਂ ਹਨ ਪਰ ਪਰਮੇਸ਼ਰ ਵਾਹਿਗੁਰੂ ਦੇ ਦਰ ਤੇ ਇੱਕ ਸੈਕਿੰਡ ਦਾ ਵੀ ਵੇਲ ਨਹੀਂ ਇੱਕ ਸੈਕਿੰਡ ਦੀ ਵੀ ਛੁੱਟੀ ਨਹੀਂ ਉੱਥੇ ਨਿਰੰਤਰ ਇਹ ਪ੍ਰਵਾਹ ਚੱਲਦਾ ਜਾ ਰਿਹਾ ਹੈ ਇਹ ਨਹੀਂ ਕਿ ਜੇ ਐਤਵਾਰ ਦੇ ਦਿਹਾੜੇ ਰੌਣਕ ਮੇਲਾ ਕਰਨ ਚੱਲ ਗਏ ਤੇ ਐਤਵਾਰ ਦੇ ਦਿਹਾੜੇ ਛੁੱਟੀ ਆ ਗਈ ਨਹੀਂ ਬਿਲਕੁਲ ਇਹ ਨਿਰੰਤਰ சுவாਸਾਂ ਰੂਪੀ ਪੂੰਜੀ ਜਿਹੜੀ ਨਿਰੰਤਰ ਤੂੰ ਖਰਚ ਰਿਆ ਹੈ ਚੇਤੇ ਰੱਖ ਇਹ ਦੁਬਾਰਾ ਵਾਪਸ ਨਹੀਂ ਇੱਕ ਵਾਰੀ ਨਿਕਲੇ ਹੋਏ ਸਵਾਸ ਦੁਬਾਰਾ ਪਰਤਕੇ ਨਹੀਂ ਆਉਣੇ ਜਿਸ ਨੂੰ ਵਿਦਵਾਨ ਕਵੀ ਜਣਾ ਨੇ ਬੜਾ ਸੁੰਦਰ ਲਿਖਿਆ ਹੈ ਪਛਾ ਕਿਵੇਂ ਦੇਖਦੇ ਹੋ ਇਸ ਸੰਸਾਰ ਨੂੰ ਕਹਿਣ ਲੱਗੇ ਇਹ ਜੱਗ ਸਰਾਏ ਹੈ ਮੁਸਾਫਰਾਂ ਦੀ ਇੱਥੇ ਜੋਰ ਵਾਲੇ ਕਈ ਆ ਗਏ ਰਾਜੇ ਸ਼ਾਹ ਰੰਗੂਣ ਜਹੇ ਵਾਗ ਬਨ ਜਾ ਰਿਆ ਦਿੱਲੀ ਚ ਫੇਰੀਆਂ ਪਾ ਗਏ ਸ਼ਾ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾ ਕਹਣ ਲੱਗੇ ਜਗਤ ਤੇ ਸਰਾਹ ਹੈ ਮੁਸਾਫਰਾਂ ਦੀ ਇੱਥੇ ਅਨੇਕਾ ਮਨੁੱਖ ਆਏ ਅਨੇਕਾਂ ਚਲੇ ਗਏ ਹਨ ਪਰ ਇਹ ਸਦੀਵ ਕਾਲ ਵਸਦਾ ਰਹਿੰਦਾ ਹੈ ਪਰ ਆਉਣ ਜਾਣ ਵਾਲਿਆਂ ਦੀ ਚਿਹਰੀ ਚੇਤੀ ਨਹੀਂ ਰਹਿੰਦੀ ਕੇਵਲ ਕੁਝ ਕੁ ਲੋਕ ਪਰਮੇਸ਼ਰ ਦੇ ਪਿਆਰੇ ਅਜੇ ਹੀ ਆਉਂਦੇ ਹਨ ਜਿਹੜੇ ਆਪਣੇ ਨਾਮ ਸਦੀਵ ਕਾਲ ਲਈ ਛੱਡ ਕਰਕੇ ਇੱਥੇ ਚਲੇ ਜਾਂਦੇ ਹਨ ਇਸ ਕਰਕੇ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਗੁਰਸਿੱਖਾ ਕਦੀ ਇਹ ਦ੍ਰਿਸ਼ਟੀ ਵਿੱਚ ਤੇਰੇ ਆਇਆ ਹੈ ਕਿ ਇਹ ਸਵਾਸਾ ਰੂਪੀ ਪੂੰਜੀ ਜਿਵੇਂ ਨਦੀ ਦਾ ਜਲ ਵਹਿੰਦਾ ਹੈ ਐਵੇਂ ਵਹਿੰਦੀ ਜਾ ਰਹੀ ਹੈ ਮਿਥਿਆ ਮੋਹ ਬੰਧ ਹੈ ਨਿਤ ਪਾਰਚ ਇਸ ਬਾ ਕੀ ਬਣਿਆ ਹੋਇਆ ਮਿਥਿਆ ਮੋਹ ਜਦੋਂ ਸਰੀਰ ਹੀ ਨਾਸ਼ ਹੋ ਜਾਵੇਗਾ ਜਿਹੜਾ ਮਿਥਿਆ ਮੋਹ ਹੈ ਜਿਹੜੇ ਸਰੀਰ ਨਾਲ 모ਹ ਕੀਤਾ ਉਹ ਸਰੀਰ ਹੀ ਨਾ ਰਿਹਾ ਤੇ ਫਿਰ ਇਹ ਨਾਸਵੰਤੀ ਹੋਇਆ ਮਿਥਿਆ 모ਹ ਇੱਥੇ ਕਿਹਾ ਨਾਸ ਹੋ ਜਾਣ ਵਾਲਾ 모ਹ ਕਹਿੰਦੇ ਨਤਾ ਪ੍ਰਤੀ ਉਹਦੇ ਨਾਲ ਹੀ ਵੱਜਾ ਹੋਣਾ ਉਹਦੇ ਨਾਲ ਹੀ ਪ੍ਰੀਤ ਤੇਰੀ ਪਈ ਹੋਈ ਹੈ ਇਹਨਾਂ 모ਹ ਦਾ ਮਾਰਿਆ ਹੋਇਆ ਹੈ ਜਿਹੜੇ ਘਰ ਵਿੱਚ ਜੰਮ ਪਏ ਨੇ ਗਾਂ ਜਿਹੜੇ ਜੰਮਣ ਵਾਲੇ ਨੇ ਉਹਨਾਂ ਦਾ 모ਹ ਵੀ ਲਾਗ ਕਰਕੇ ਬੈਠਾ ਹੋਇਆ ਜਿਹੜੇ ਆ ਗਏ ਨੇ ਨਾ ਉਹਨਾਂ ਦੇ ਮੋਹ ਤੋਂ ਗਾਂ ਆਉਣ ਵਾਲਿਆਂ ਦੀ ਆਸ ਕਰਕੇ ਵੀ ਮੋਹ ਲਾ ਕਰਕੇ ਬੈਠਾ ਹੋਇਆ ਇਹੋ ਜਿਹਾ ਸੁਭਾਅ ਬਣ ਗਿਆ। ਪਤਾ ਨਹੀਂ ਜਿਹੜੇ ਆਗਾਹ ਨੂੰ ਆਉਣੇ ਉਹਨਾਂ ਨੂੰ ਵੇਖਣਾ ਜਾਂ ਨਹੀਂ ਵੇਖਣਾ ਪਰ ਉਹਨਾਂ ਦੀ ਤਿਆਰੀ ਆਰੰਭ ਤੋਂ ਕਰ ਦੁੱਤੀ। ਇਹੋ ਜਿਹਾ ਮਿੱਥਿਆ ਨਾਸਵੰਤ ਮੋਹ ਤੈਨੂੰ ਚੰਬੜਿਆ। ਮੋਹ ਦੀ ਕੀ ਅਵਸਥਾ ਹੈ ਜਿਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੇਰੇ ਕਿਰਪਾਲੂ ਸਤਿਗੁਰ ਸਾਹਿਬ ਜੀ ਦੇ ਪਾਵਨ ਇਤਿਹਾਸ ਚ ਕਥਾ ਹੁੰਦੀ ਹੈ। ਕਿ ਗੁਰਦੇਵ ਸਤਗੁਰੂ ਸਾਹਿਬ ਜੀ ਕਰਤਾਰਪੁਰ ਸਾਹਿਬ ਤੋਂ ਸਾਹਿਬਾ ਭਾਈ ਬਾਲਾ ਜੀ ਨੂੰ ਨਾਲ ਲੈ ਕਰਕੇ ਚੱਲੇ ਬਾਬਾ ਮਰਦਾਨਾ ਜੀ ਨਾਲ ਹਨ ਕੁਝ ਦੂਰੀ ਤੇ ਜਾ ਕਰਕੇ ਵੇਖਿਆ ਇੱਕ ਬਜ਼ੁਰਗ ਖੂਹ ਦੇ ਮਲ ਦੇ ਉੱਤੇ ਬੈਠਾ ਹੋਇਆ ਆਪਣੇ ਪੋਤਰਿਆਂ ਨੂੰ ਝਿੜਕ ਰਿਹਾ ਸੀ ਬਹੁਤ ਜ਼ਿਆਦਾ ਵਰਲਾਪ ਕਲਪਿਆ ਹੋਇਆ ਪਿਆ ਕਿ ਤੁਸੀਂ ਘਰ ਹੀ ਉਜਾੜ ਦੇਣਾ ਜਿਹਾ ਹੋਜੀ ਤੁਹਾਡੀ ਹਾਲਤ ਹੈ ਗੁਰਦੇਵ ਜੀ ਨੇ ਜਾ ਕੇ ਦੀਦਾਰ ਦਿੱਤੇ ਜਾ ਕੇ ਬਚਨ ਬਲਾਸ ਕੀਤੇ ਕਹਿਣ ਲੱਗੇ ਬਜ਼ੁਰਗਾ ਇੰਨਾ ਵਰਲਾਬ ਕਿਉਂ ਕਰਦਾ ਹੈ ਕਹਿਣ ਲੱਗਾ ਫਕੀਰੋ ਪਰਮੇਸ਼ਰ ਦੇ ਪਿਆਰਿਓ ਕੀ ਦੱਸਾਂ ਆ ਇਹੋ ਜੀ ਭੈੜੀ ਔਲਾਦ ਮੇਰੀ ਔਲਾਦ ਦੇ ਘਰ ਜੰਮੀ ਐ ਪਰਵਾਹ ਹੀ ਕੋਈ ਨਹੀਂ ਕਰਦਾ ਜਿਹੜੀ ਚੀਜ਼ ਜਿੱਥੇ ਪਈ ਹੁੰਦੀ ਉੱਥੇ ਪਈ ਰਹਿਣ ਦਿੰਦੇ ਕੋਈ ਚੁੱਕ ਕੇ ਲੈ ਗਿਆ ਤੇ ਕਿੱਥੋਂ ਬਣਾਉਣੇ ਤੂੰ ਮਹਾਰਾਜ ਕਹਿਣ ਲੱਗੇ ਭਾਈ ਸਖਾ ਇੰਨਾ ਮੋਹ ਨਹੀਂ ਕਰੇਗਾ ਇਹਨਾਂ ਪਦਾਰਥਾਂ ਦਾ ਕਹਿਣ ਲੱਗਾ ਜੀ ਇਹ ਪਾਈ ਪਾਈ ਕਰਕੇ ਜੋੜੇ ਹਨ ਸਤਿਗੁਰੂ ਸਾਹਿਬ ਕਹਿੰਦੇ ਤੇਰੀ ਪਰਾਲਬਧ ਮਿਲੀ ਐ ਤੂੰ ਨਹੀਂ ਜੋੜੀ ਹੋਈ ਜੋ ਪਰਮੇਸ਼ਰ ਵਾਹਿਗੁਰੂ ਨੂੰ ਪਾਉਂਦਾ ਸੀ ਉਹਨਾਂ ਇੱਕ ਜੋ ਕਰਤਾਰ ਨੂੰ ਪਾਇਆ ਉਹ ਤੈਨੂੰ ਦਿੱਤਾ ਤੇਰਾ ਆਪਣਾ ਜੋੜਿਆ ਹੋਇਆ ਕਹਿਣ ਲੱਗਾ ਮੈਨੂੰ ਬਹੁਤੀਆਂ ਸਿਆਣੀਆਂ ਮੱਤਾਂ ਨਾਲ ਦਵੋ ਕੰਮ ਦੱਸੋ ਕੀ ਕਰਨਾ ਆਏ ਹੋ ਮੇਰੇ ਪਾਸ ਗੁਰਦੇਵ ਕਹਿੰਦੇ ਬਸ ਕੋਈ ਕਾਰਨ ਨਹੀਂ ਤੇਰੇ ਨਾਲ ਸਿਰਫ ਇਨਾਕ ਮਸਲਾ ਸੀ ਅਸੀਂ ਲੰਘ ਰਹੇ ਸਾਂ ਤੇਰੇ ਤੇ ਨਿਗਾਹ ਪਈ ਸਾਡਾ ਚਿੱਤ ਕੀਤਾ ਤੇਰਾ ਉਧਾਰ ਕਰਦਿਏ ਤੈਨੂੰ ਮੁਕਤ ਕਰ ਦਈਏ ਕਹਿਣ ਲੱਗਾ ਜਾਓ ਅਗਲੇ ਪਿੰਨ ਜਾ ਕੇ ਇਹੋ ਜਿਹਾ ਗਾਹਕ ਲੱਭੋ ਮੈਨੂੰ ਤੁਸੀਂ ਮੁਕਤ ਕਰ ਦਿੱਤਾ ਤੁਸੀਂ ਮੈਂ ਚਲਾ ਗਿਆ ਤੇ ਆਹ ਤੁਹਾਡੇ ਸਾਹਮਣੇ ਮੈਂ ਤੇ ਅੱਗੇ ਇੰਨਾ ਰੌਲਾ ਪਾ ਕੇ ਬੈਠਾ ਇਹਨਾਂ ਸਭ ਕੋ ਜੀ ਈ ਜਾੜ ਦੇਣਾ ਜੀ ਰਹਿਣਾ ਹੀ ਕੱਖ ਨੇ ਸਤਿਗੁਰੂ ਸਾਹਿਬ ਕਹਿਣ ਲੱਗੇ ਚੰਗਾ ਭਾਈ ਤੇਰੀ ਮੌਜ ਪਰ ਸਾਡੇ ਮਨ 'ਚ ਆ ਗਿਆ ਕਿ ਤੇਰਾ ਉਧਾਰ ਜ਼ਰੂਰ ਕਰਨਾ ਉਹ ਕਥਾ ਹੁੰਦੀ ਹੈ ਕਿ ਮਰ ਕੇ ਬਲਦ ਬਣ ਗਏ ਤੇ ਉਸੇ ਘਰ ਵਿੱਚ ਫੇਰ ਆ ਗਿਆ ਗਰਦੇ ਫਿਰ ਆਏ ਵਗ ਰਿਆ ਸੀ ਬੜੇ ਜੋਰ ਨਾਲ ਦੁਪਹਿਰ ਦੇ ਦਿਨਾਂ ਚ ਮਹਾਰਾਜ ਪਾਸ ਗਏ ਜਾ ਕੇ ਸੁਰਤ ਜਗਾਈ ਕਰਨ ਲੱਗੇ ਵੇ ਵੇਖ ਹੁਣ ਕੀ ਅਵਸਥਾ ਬਣੀ ਹੋਈ ਹੁਣ ਤੇ ਆਧਾਰ ਕਰਦੀ ਏ ਤੇਰਾ ਕਰਨ ਲੱਗਾ ਫਿਰ ਤੁਹਾਡੀਆਂ ਉਹੀ ਕਮਲੀਆਂ ਗੱਲਾਂ ਰਹੀਆਂ ਕਹਿੰਦਾ ਮੈਂ ਮਰ ਗਿਆ ਇਹਨਾਂ ਨੂੰ ਹੋਰ ਮਾਇਆ ਖਰਚ ਕੇ ਹੋਰ ਨਵਾਂ ਲਿਆ ਕੇ ਇਹ ਵਾਉਣਗੇ ਮੇਰੇ ਪੁੱਤਰਾਂ ਦਾ ਹੋਰ ਨੁਕਸਾਨ ਹੋਵੇਗਾ ਰਹਿਣ ਦਵੋ ਮੈਂ ਇੱਥੇ ਹੀ ਖੁਸ਼ ਹਾਂ ਮੋਹ ਦਾ ਮਾਰਿਆ ਹੋਇਆ ਏ ਵੀ ਚੇਤਾ ਭੁੱਲ ਗਿਆ ਕਿ ਮੇਰੀ ਅਵਸਥਾ ਕੀ ਬਣ ਗਈ। ਕਹਿ ਲੱਗਾ ਨਹੀਂ ਮੈਨੂੰ ਮੇਰੇ ਧੀਆ ਪੁੱਤਰਾਂ ਦੀ ਖਿਆਰ ਮਣਾਉਣ ਦਵੋ ਤੁਸੀਂ ਚਲੇ ਜਾ। ਫਿਰ ਕਹਿੰਦੇ ਐਵੇਂ ਵਗਦਾ ਚੜਾਈ ਕੀਤਾ ਓੜਕ ਮਰ ਕੇ ਸੱਪ ਬਣਿਆ ਤੇ ਸੱਪ ਬਣ ਕੇ ਫਿਰ ਉਸੇ ਘਰ ਚ ਹੀ ਚਲ ਗਿਆ। ਗਾਂ ਪੋਤਰੇ ਦਾ ਪੁੱਤ ਜੰਮਿਆ ਹੋਇਆ ਸੀ। ਛੋਟਾ ਜਿਹਾ ਪੰਘੂੜੇ ਚ ਪਿਆ ਖੇਡੇ ਉਹ ਰੋਣ ਲੱਗ ਪਿਆ ਤੇ ਇਹਦੇ ਮਨ ਚ ਮੋਹ ਇੰਨਾ ਪ੍ਰਬਲ ਹੈ। ਇਹ ਇੰਨੀ ਪ੍ਰਬਲਤਾ ਹੈ ਮੋਦੀ ਉਸ ਸਮੇਂ ਕਹਿੰਦੇ ਸੱਪ ਬਣੇ ਨੂੰ ਇਹ ਤੇ ਭੁੱਲੀ ਗਿਆ ਕਿ ਮੇਰੀ ਅਵਸਥਾ ਕੀ ਹੈ ਜਾ ਕੇ ਉਹ ਬੱਚੇ ਨੂੰ ਚੁੱਪ ਕਰਾਉਣ ਲੱਗਾ ਨੋਆ ਨੇ ਰੌਲਾ ਪਾਇਆ ਘਰਦਿਆਂ ਨੇ ਫੜ ਕੇ ਸਰੀਫੇ ਕੇ ਮਾਰ ਦਿੱਤਾ ਮਰ ਕੇ ਗੰਦਗੀ ਦਾ ਕੀੜਾ ਨਾਲੀ ਦਾ ਕੀੜਾ ਬਣ ਕੇ ਡਿੱ ਗਿਆ ਤਨ ਸਤਿਗੁਰੂ ਗੁਰਦੇਵ ਗੁਰੂ ਨਾਨਕ ਦੇਵ ਜੀ ਸਹਿ ਮਹਾਰਾਜ ਜਿਨ੍ਹਾਂ ਬਾਬਤ ਆਪਾ ਪੜਦੇ ਚੰਗਿਆ ਨਾਲ ਚੰਗਿਆਈ ਕਰਨੇ ਮਾਫ ਕਰਨ ਕਈ ਸਿਆਣੇ ਮੰਦਿਆਂ ਦੇ ਨਾਲ ਨੇਕੀ ਕਰਨੀ ਇਹ ਗੁਰੂ ਨਾਨਕ ਜੀ ਮੰਦਿਆਂ ਦੇ ਨਾਲ ਵੀ ਜਿਨ੍ਹਾਂ ਦਾ ਸੁਭਾਅ ਹੀ ਇਹੋ ਜਿਹਾ ਬਣ ਗਿਆ ਪੁੱਠੇ ਪਾਸੇ ਨੂੰ ਜਾਣਾ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇੱਕ ਗੁਰੂ ਐਸੇ ਹਨ ਜਿਹੜੇ ਉਹਨਾਂ ਨੂੰ ਵੀ ਚੁੱਕ ਕੇ ਗੱਲ ਨਾਲ ਲਾ ਲਈ। ਐਵੇਂ ਨਹੀਂ ਗੁਰਸਿੱਖੋ ਬਚਨ ਕਰ ਦਿੱਤਾ ਦਸਵੇਂ ਜਾਮੇ ਕਿ ਜਿਹਦੀਆਂ ਰਗਾਂ 'ਚ ਇੱਕ ਵਾਰੀ ਅੰਮ੍ਰਿਤ ਲੰਗਿਆ ਮੈਂ ਹਜ਼ਾਰਾਂ ਜਨਮਾਂ ਤੱਕ ਉਹਨੂੰ ਟੇਡੀਆਂ ਜੁਨਾ 'ਚ ਨਹੀਂ ਜਾਣ ਦਵਾਂ। ਬਚਨ ਕਰ ਦਿੱਤਾ ਇੱਕ ਵਾਰੀ ਰਗਾਂ ਚੋਂ ਅੰਮ੍ਰਿਤ ਲੰਘ ਜਾਵੇ ਸਹੀ ਤੇਰੇ ਗੁਰਸਿੱਖਾਂ ਤੇਰੀ ਜ਼ਿੰਮੇਵਾਰੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹੋਵੇ ਏਡੀ ਵੱਡੀ ਜ਼ਿੰਮੇਵਾਰੀ ਲੈਣ ਵਾਲਾ ਗੁਰੂ ਹੈ ਸੰਸਾਰ ਦੇ ਉੱਤੇ ਕੋਈ ਜਿਨ੍ਹਾਂ ਬਾਬਤ ਗੁਰਮੁਖ ਪ੍ਰਕਾਸ਼ ਵਿੱਚ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਬਚਨ ਲਿਖੇ ਨੇ ਜਿਨ੍ਹਾਂ ਗੁਰਮੁਖਾਂ ਨੇ ਗੁਰਮੁਖ ਪ੍ਰਕਾਸ਼ ਪੜ੍ਹਿਆ ਹੋਵੇ ਉਹ ਜਾਣਦੇ ਨੇ ਮਹਾਂਪੁਰਖ ਕਹਿੰਦੇ ਹਨ ਕਿ ਭਾਈ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜੇਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ ਵਾਰ ਪਰਿਵਾਰ ਚਾਹਾਂ ਬੱਚਿਆਂ ਕਹਾਏ ਦੇਵੇ ਦੇਸ਼ ਕੌਮ ਉਤੋਂ ਕੁਰਬਾਨ ਵਾਲ ਵਾਲ ਜੀ ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ ਪਾਪ ਅਗ ਵਿੱਚੋਂ ਲੈਵੇ ਸਿੱਖ ਨੂੰ ਕਢਾਲ ਜੇ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜੇਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਏ ਐਸੇ ਸਤਿਗੁਰੂ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਸਵੇਂ ਸਰੂਪ ਦੀ ਇਹ ਕਥਾ ਪਹਿਲੇ ਸਰੂਪ ਵਿੱਚ ਫਿਰ ਜਾ ਕਰਕੇ ਕਹ ਲੱਗੇ ਭਾਈ ਮਰਦਾਨਿਆ ਉਹ ਜਿਹੜਾ ਕੀੜਾ ਰੋੜਿਆ ਜਾਂਦਾ ਨਾ ਨਾਲੀ 'ਚ ਉਹਨੂੰ ਬਾਹਰ ਕੱਢ ਬਾਹਰ ਕੱਢਿਆ ਸੁਰਤ ਜਗਾਈ ਹਾਂ ਹੁਣ ਸੁਣਾ ਉਸ ਸਮੇਂ ਫਿਰ ਸਾਰਾ ਮੋੜ ਟੁੱਟ ਗਿਆ ਗੰਦਗੀ ਖਾ ਕੇ ਫਿਰ ਸੁਰਤਾਈ ਫਿਰ ਅਰਦਾਸ ਕੀਤੀ ਮਹਾਰਾਜ ਹੁਣ ਕਿਰਪਾ ਕਰੋ ਹੁਣ ਆਧਾਰ ਕਰ ਦਵੋ ਧੰਨੋ ਤੁਸੀਂ ਤੁਹਾਡਾ ਕਹੋ ਜਿਆ ਬਖਸ਼ਿਸ਼ ਦਾ ਦਰ ਹੈ ਜਿਹੜਾ ਤੁਹਾਡੇ ਨਾਲ ਜੁੜ ਜਾਵੇ ਤੁਸੀਂ ਕਦੀ ਵਾਸਤੇ ਉਹਨੂੰ ਛੱਡਦੇ ਨਹੀਂ ਤੇ ਮਨ 'ਚ ਵਿਚਾਰ ਆ ਜਣੀ ਜੀ ਐਵੇਂ ਕਹਾਣੀਆਂ ਨੇ ਐਵੇਂ ਕਿਤੇ ਹੋ ਸਕਦਾ ਕੋਈ ਹੋਰ ਕਥਾ ਹੈ ਭਾਈ ਮੋਹ ਦਾ ਮਾਰਿਆ ਕਦੀ ਸਿੱਖੀ ਦੇ ਵਿੱਚ ਪਰਪਕਤਾ ਆਈ ਭਾਈ ਮੂਲੇ ਨੇ ਘਰ-ਬਾਰ ਤਿਆਗ ਦਿੱਤਾ ਘਰ-ਬਾਰ ਤੇ ਮਗਰੋਂ ਕਿਸੇ ਨੇ ਸੁਨੇਹਾ ਦਿੱਤਾ ਜਾ ਕੇ ਭਾਈ ਮੂਲਿਆ ਤੇਰੀ ਧਰਮ ਪਤਨੀ ਤੇਰੇ ਵਜੋਗ ਵਿੱਚ ਉਹਨੇ ਪਿੱਛੇ ਇਹ ਤਿਆਰੀ ਕਰ ਲਈ ਕਿ ਜੇ ਇੰਨੇ ਦਿਹਾੜਿਆਂ ਚ ਤੂੰ ਨਾ ਪਹੁੰਚਿਆ ਤੇ ਉਹਨੇ ਆਪਣੇ ਆਪ ਨੂੰ ਸਤੀ ਕਰ ਲੈਣਾ ਚਿਖਾ ਤੇ ਬਹਿ ਕੇ ਸਾੜ ਲੈਣਾ ਤੇ ਭਾਈ ਮੂਲੇ ਦੇ ਅੰਦਰ ਦਾ ਮੋਹ ਜਾਗ ਪਿਆ ਜਿਹੜਾ ਪਰਿਵਾਰ ਦਾ ਮੋਹ ਟੁੱਟਾ ਹੋਇਆ ਸੀ ਉਹ ਛਾਲੇ ਮਾਰ ਕੇ ਬਾਹਰ ਆ ਗਿਆ ਸਤਿਗੁਰੂ ਸਾਹਿਬ ਇੰਨੇ ਪ੍ਰੇਮ ਕਰਨ ਵਾਲੀ ਮੈਨੂੰ ਦੁਬਾਰਾ ਬੀਬੀ ਧਰਮਪਤਨੀ ਨਹੀਂ ਜੀ ਮਿਲਲੀ ਆਪ ਕਿਰਪਾ ਕਰੋ ਰਹਿਮਤ ਕਰੋ ਮੈਨੂੰ ਛੇਤੀ ਦੇ ਨਾਲ ਮੇਰੇ ਘਰ ਪਹੁੰਚਾ ਦਿਓ ਚੰਗਾ ਭਾਈ ਮੂਲਿਆ ਕਹਿ ਸਤ ਕਰਤਾਰ ਮੀਟ ਅੱਖਾਂ ਕਰ ਲਿਆ ਹੁੰਦਾ ਘਰ ਵਾਲੀ ਦੇ ਮੋਹ ਚ ਇਹੋ ਜਿਹਾ ਭਿਜਾਣ ਕਰਕੇ ਕੁਝ ਦਿਹਾੜੇ ਸਤਗੁਰੂ ਸਾਹਿਬ ਜੀ ਰੁਕੇ ਜਾ ਕੇ ਆਵਾਜ਼ ਦਿੱਤੀ ਜਦੋਂ ਦੂਰੋਂ ਤੁਰਿਆ ਹੁੰਦੇ ਆ ਉਹਨਾਂ ਨੂੰ ਵੇਖਿਆ ਨਾ ਆਵਾਜ਼ ਦੇਣ ਤੋਂ ਪਹਿਲਾਂ ਹੀ ਤੇ ਧਰਮ ਪਤਨੀ ਕਹਿਣ ਲੱਗੀ ਕਿ ਭਾਈ ਉਹੋ ਹੀ ਤੇਰੇ ਬੇਲੇ ਜਿਹੜੇ ਫਕੀਰਾਣਾ ਅੱਗੇ ਗਿਆ ਕਿੰਨੇ ਮਹੀਨੇ ਤੂੰ ਮੜਿਆ ਨਹੀਂ ਨਾ ਉਹ ਫੇਰ ਤੁਰੇ ਆਉਂਦੇ ਤੂੰ ਆਸੇ-ਪਾਸੇ ਹੋਏ ਆਵਾਜ਼ ਦਿੱਤੀ ਆਹ ਭਾਈ ਮੂਲਿਆ ਚੱਲ ਗਏ ਤੇ ਧਰਮ ਪਤਨੀ ਬਾਹਰ ਆ ਗਈ ਕਹਿਣ ਲੱਗੀ ਬਾਬਾ ਜੀ ਉਹ ਤੇ ਘਰ ਹੀ ਨਹੀਂ ਕਹਿੰਦੇ ਚੰਗੀ ਤਰ੍ਹਾਂ ਵੇਖ ਕਰਮਾਂ ਵਾਲੀਏ ਘਰੇ ਹੋਣਾ ਤੂੰ ਆਪ ਪਾਥੀਆਂ ਦੇ ਘੂਰੇ ਚ ਲਕਾ ਕੇ ਆਈ ਸੀ ਕਹਿੰਦੀ ਨਹੀਂ ਬਾਬਾ ਜੀ ਹੈ ਨਹੀਂ ਇੱਥੇ ਕਹਿੰਦੇ ਵੇਖ ਲਾ ਸ਼ਾਇਦ ਹੋਵੇ ਕਹਿੰਦੀ ਤੁਹਾਨੂੰ ਕਿਹਾੜਾ ਉਹ ਹੈ ਨਹੀਂ ਕਹਿੰਦੇ ਚੰਗਾ ਫਿਰ ਜੇ ਹੈ ਨਹੀਂ ਤੇ ਫਿਰ ਨਹੀਂ ਹੋਣਾ ਇਹ ਬਚਨ ਕੀਤੇ ਗੀਰੇ ਚੋਂ ਸੱਪ ਨਿਕਲਿਆ ਭਾਈ ਮੂਲੇ ਦੇ ਡੰਗ ਮਾਰਿਆ ਤੇ ਚੜਾਈ ਕਰ ਗਿਆ ਜਿਸ ਸਮੇ ਚੜਾਈ ਕੀਤਾ ਪਤਾ ਲੱਗਾ ਵਰਲਾਪ ਕਰਨ ਲੱਗੀ ਮਹਾਰਾਜ ਜੀ ਦੇ ਪਾਸ ਗਈ ਮਹਾਰਾਜ ਆਪ ਜੀ ਨੇ ਇਹਨੂੰ ਮਾਰ ਹੀ ਦਿੱਤਾ ਗੁਰਦੇਵ ਕਹਿੰਦੇ ਅਸੀਂ ਨਹੀਂ ਮਾਰਿਆ ਇਹਦੀ ਪਰਮੇਸ਼ਰ ਵੱਲੋਂ ਨੇਤੀ ਇਸ ਤਰੀਕੇ ਦੇ ਨਾਲ ਸੀ ਮਾਰਾ ਹੀ ਕਿਰਪਾ ਕਰੋ ਤੁਹਾਡਾ ਸਿੱਖ ਸੀ ਇਹਦਾ ਉਧਾਰ ਕਰਦੇ ਹੋ ਕਹਿਣ ਲੱਗੇ ਆਏ ਤੇ ਇਹਦਾ ਉਧਾਰ ਕਰਨੇ ਸੀ ਹਾਂ ਚਲੇ ਇਹਨੇ ਇਸੇ ਸਮੇਂ ਜਾਣਾ ਸੀ ਨਹੀਂ ਸੀ ਰਹਿਣਾ ਸੰਸਾਰ ਵਿੱਚ ਸਵਾਸਾਂ ਦੀ ਪੂੰਜੀ ਪਰਮੇਸ਼ਰ ਕਰਤਾਰ ਪਾਸ ਹੋ ਇੰਨੀ ਮਿਲੀ ਹੋਈ ਸੀ ਆਏ ਤੇ ਉਧਾਰ ਕਰਨੇ ਸਾਂ ਪਰ ਇਹਦੇ ਲੋਖ ਜਾਣ ਕਰਕੇ ਹੁਣ ਕਹਿੰਦੇ ਇਹਦਾ 10ਵੇਂ ਜਾਮੇ 'ਚ ਜਾ ਕੇ ਆਧਾਰ ਕਰਾਂਗੇ 10ਵੇਂ ਜਾਮੇ 'ਚ ਦਰਸਖੋ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਜਿਹੜੀਆਂ ਸਾਨੂੰ ਰੋਜ਼ ਆਵਾਜ਼ਾਂ ਦਿੰਦੇ ਨੇ ਨਾ ਜੇ ਸਾਨੂੰ ਇਹ ਚੇਤਾ ਆ ਜਾਵੇ ਆਪਾਂ ਕਹਿਣਾ ਭਾਈ ਮੂਲਾ ਕਿੱਡਾ ਕਮਲਾ ਪਾਥੀਆਂ ਦੇ ਘੀਰੇ ਚ ਲੁਕ ਗਿਆ ਪਰਿਵਾਰ ਦਾ ਮੋਹ ਛੱਡ ਦਿੰਦਾ ਤੇ ਉਦਣ ਹੀ ਤਰ ਜਾਂਦਾ 10 ਜਾਮੇ ਲੱਗੇ ਫਿਰ ਸ਼ਿਕਾਰ ਘਾਟ ਵਾਲੇ ਥਾਂ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੀਰ ਮਾਰ ਕੇ ਉਧਾਰ ਕੀਤਾ ਇੰਨਾ ਲੰਮਾ ਸਮਾਂ ਲੱਗ ਗਿਆ ਤੇ ਜਿਹੜਾ ਸਤਿਗੁਰੂ ਸਾਹਿਬ ਜੀ ਰੋਜ਼ ਨਗਰੋ ਨਗਰੀ ਹੁਕਮਨਾਮਾ ਸਾਹਿਬ ਸਾਨੂੰ ਸੁਣਾਉਂਦੇ ਨੇ ਜਿਹੜੇ ਰੋਜ਼ ਆਵਾਜ਼ਾਂ ਦਿੰਦੇ ਨੇ ਗੁਰੂ ਕਿਆ ਸਿਖਾ ਜੇ ਮੁਕਤੀ ਕਰਾਉਣੀ ਚਾਹੁੰਨਾ ਹੈ ਆ ਸਾਡਾ ਪੱਲਾ ਫੜ ਲੈ ਆਹ ਤੇਰਾ ਉਧਾਰ ਕਰ ਦਈਏ ਤੇ ਜਿਹੜਾ ਸਿੱਖ ਫਿਰ ਵੀ ਪਰਿਵਾਰ ਦੇ ਮੂੰਹ ਵਿੱਚ ਜਿਹੜਾ ਜ਼ਬਾਨ ਦੇ ਸਵਾਦ ਦੇ ਮੂੰਹ ਵਿੱਚ ਲੱਗਾ ਹੋਇਆ ਸਤਿਗੁਰੂ ਸਾਹਿਬ ਜੀ ਦੀ ਸਿੱਖੀ ਤੋਂ ਮੁਨਕਰ ਹੈ ਜਿਹੜਾ ਆਪਣੇ ਕੇਸਾਂ ਤੋਂ ਕਤਲ ਕਰਕੇ ਪਤਿਤਪੁਣੇ ਦੀ ਝੂਠ ਉਤਾਰਨ ਲਈ ਤਿਆਰ ਨਹੀਂ ਭਾਈ ਮੂਲੇ ਨਾਲ ਤੇ ਵਾਦਾ ਕੀਤਾ ਸੀ ਸਾਡੇ ਨਾਲ ਤੇ ਇਹ ਵੀ ਵਾਦਾ ਨਹੀਂ ਕੀਤਾ ਕਿ ਇੰਨੇ ਸਾਲਾਂ ਬਾਅਦ ਇੰਨੇ ਜਨਮਾਂ ਬਾਅਦ ਤੇ ਨੂੰ ਮੋੜ ਕੇ ਲਿਆਵਾਂਗੇ ਚੇਤੇ ਰੱਖੋ ਜਿਉਂ ਬਣਫਲ ਪੱਕ ਕੇ ਭੋਏ ਗਿਰੇ ਬੌਹਰ ਨਾ ਲਾਗੇ ਹਡਾਰ ਜਿਵੇਂ ਇੱਕ ਵਾਰੀ ਫਲ ਪੱਕ ਪੱਕ ਕਰਕੇ ਧਰਤੀ ਤੇ ਡਿੱਗ ਪਵੇ ਦੁਬਾਰਾ ਜਿੰਤਨੇ ਮਰਜ਼ੀ ਵੀ ਯਤਨ ਕਰ ਲਈਏ ਦੁਬਾਰਾ ਟਾਣੀ ਦੇ ਨਾਲ ਉਹਨੂੰ ਲਾਇਆ ਨਹੀਂ ਜੇ ਜਾ ਸਕਦਾ ਜੇ ਕਿਤੇ ਇਹ ਮਨੁੱਖਾ ਦੇਹ ਰੂਪੀ ਫਲ ਛੱਡ ਕੇ ਡਿੱਗ ਪਿਆ ਫਿਰ ਜਿੰਨੇ ਮਰਜ਼ੀ ਵੀ ਯਤਨ ਕਰ ਲਈਏ ਦੁਬਾਰਾ ਨਾਲ ਲੱਗਣਾ ਨਹੀਂ ਇਹ ਤੇ ਗੁਰੂ ਕਿਰਪਾ ਕਰ ਦਵੇ ਰਹਿਮਤ ਕਰ ਦਵੇ ਸਤਿਗੁਰੂ ਸਾਹਿਬ ਜੀ ਨੇ ਕਿਰਪਾਲਤਾ ਕੀਤੀ ਹੈ ਇਹ ਵੱਡੀ ਬਖਸ਼ਿਸ਼ ਹੈ ਕਿ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਹਨ ਇਸ ਕਰਕੇ ਮਹਾਰਾਜ ਕਹਿੰਦੇ ਗੁਰ ਸਿੱਖਾ ਚੇਤੇ ਰੱਖ ਮਿਥਿਆ ਮੋਹ ਬੰਦੇ ਨਿਤ ਭਾਰ ਚ ਮਿਥਿਆ ਨਾਸ ਹੋ ਜਾਣ ਵਾਲਾ ਮੋਹ ਜਿਹੜਾ ਧੀਆ ਪੁੱਤਰਾਂ ਦਾ ਸਦੀਵੀ ਨਹੀਂ ਹੈ ਵੇਖ ਲਓ ਚੇਤੇ ਕਰਕੇ ਜਿਨ੍ਹਾਂ ਦਾ ਮੋਹ ਬਹੁਤਾ ਕਰਦੇ ਆ ਜਿਵੇਂ ਜਿਵੇਂ ਮਨੁੱਖ ਦੀ ਅਵਸਥਾ ਵੱਡੀ ਹੁੰਦੀ ਜਾਂਦੀ ਏ ਇਹ ਮੋਹ ਵਧਦਾ ਜਾਂਦਾ ਤੇ ਜਿਨ੍ਹਾਂ ਦਾ ਮੋਹ ਵਧਿਆ ਹੁੰਦਾ ਨਾ ਆਮ ਆਪਾਂ ਕਹਿੰਦੇ ਨੇ ਜੀ ਮੂਲ ਨਾਲੋਂ ਵਿਆਜ ਪਿਆਰਾ ਏ ਮੇਰੇ ਪੋਤਰੇ ਪੋਤਰੀਆਂ ਨੇ ਤੇ ਬਾਪੂ ਕੂੰ ਦਾ ਬਾਅਦ ਵਿੱਚ ਹੈ ਤੇ ਪੋਤਰਾ ਪਹਿਲਾਂ ਹੀ ਮੂੰਹ ਤੇ ਕਹਿ ਦਿੰਦਾ ਬਾਪੂ ਤੈਨੂੰ ਹੁਣ ਤੂੰ ਕਮਲੀਆਂ ਆਣਾ ਮਾਰਿਆ ਕਰ ਇਹ ਤੇਰੇ ਵਾਲਾ ਜਮਾਨਾ ਨਹੀਂ ਉਹ ਆਪਣਾ ਤਜਰਬਾ ਦੱਸਣ ਨੂੰ ਤਿਆਰ ਬੈਠਾ ਹੁੰਦਾ ਹੈ ਕਿ ਕਾਕਾ ਮੈਂ ਆਹ ਗਲਤੀਆਂ ਕੀਤੀਆਂ ਜੇ ਤੁਸੀਂ ਨਾ ਕਰਿਆ ਜੇ ਉਹ ਕਹਿੰਦੇ ਭਾਈਆ ਜਾਣਦੇ ਅਸੀਂ ਜਾਣਦੇ ਜੇ ਤੂੰ ਐਡਾ ਸਿਆਣਾ ਹੁੰਦਾ ਤੇ ਆਹ ਤੇਰੀਆਂ ਕੱਚੀਆਂ ਇੱਟਾਂ ਨੂੰ ਪਲਸਟਰ ਤੇ ਮੇਰੇ ਬਾਪੂ ਨੇ ਵੱਡੇ ਹੋ ਕੇ ਕਰਾਇਆ ਤੂੰ ਐਡਾ ਸਿਆਣਾ ਹੁੰਦਾ ਤੂੰ ਆਪ ਨਾ ਕਰਾ ਲੈਂਦਾ ਉਹ ਆਪਣੇ ਤਜਰਬੇ ਦੱਸਣ ਲਈ ਬੈਠਾ ਉਹਦਾ ਤਜਰਬਾ ਸੁਣ ਲਈ ਤਿਆਰ ਕੋਈ ਨਹੀਂ ਮਗਰ ਮਗਰ ਡੰਗੋਰੀ ਫੜ ਕੇ ਤੁਰਿਆ ਫਿਰਦਾ ਕੋਈ ਉਹਨੂੰ ਘਾ ਨਹੀਂ ਪਾਉਂਦਾ ਫਿਰ ਵੀ ਕਹਿੰਦਾ ਮੇਰਾ ਇਹਨਾਂ ਨਾਲ ਬੜਾ ਜ਼ਿਆਦਾ ਮੂਹ ਮਹਾਰਾਜ ਕਹਿੰਦੇ ਮਿੱਥਿਆਈ ਨਾਸਵੰਤ ਚੇਤੇ ਰੱਖ ਜਿਸ ਦਿਨ ਤੂੰ ਇਸ ਅਵਸਥਾ 'ਚ ਸ ਹੈ ਤੂੰ ਆਪਣੇ ਦਾਦੇ ਨਾਲ ਇਹ ਕਰਦਾ ਸੈਂ ਤੂੰ ਆਪਣੀ ਦਾਦੀ ਦਾ ਮੂੰਹ ਬੰਦ ਕਰਾ ਕੇ ਤੇ ਅਗਾ ਨੂੰ ਤੁਰਦਾ ਸੈਂ ਹੁਣ ਤੇਰੇ ਨਾਲ ਇਹ ਹੋ ਰਹੀ ਏ ਅਗਾਯਾ ਇਹਨਾਂ ਨਾਲ ਵੀ ਇਹੋ ਹੋਣੀ ਏ ਮੋਹ ਸਦੀਵੀ ਨਹੀਂ ਏ ਨਾਸ ਹੋ ਜਾਣ ਵਾਲਾ ਉਹਨਾਂ ਨੂੰ ਵੀ ਆਉਣ ਵਾਲਿਆਂ ਦਾ ਮੋਹ ਹੈ ਜਿਵੇਂ ਤੂੰ ਆਉਣ ਵਾਲਿਆਂ ਨੂੰ ਸਿਮਰ ਰਿਹਾ ਹੈ ਇਸੇ ਤਰੀਕੇ ਨਾਲ ਮੋਹ ਦੀ ਕਿੰਨੀ ਪ੍ਰੀਤ ਹੋਵੇਗੀ ਮਹਾਰਾਜ ਕਹਿੰਦੇ ਮੋਹ ਇੰਨਾ ਪ੍ਰਬਲ ਹੈ ਕਿ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ ਵੱਡਾ ਹੋਆ ਧਨ ਖਾਟ ਦੇ ਘਰ ਭੋਗ ਬਲਾ ਇੰਨੀ ਪ੍ਰਬਲਤਾ ਹੈ ਮੋਹ ਦੀ ਮਾਂ ਨੇ ਗਰਭ ਵੀ ਧਾਰਨ ਕੀਤਾ ਤੇ ਸੋਚ ਇਹ ਹੈ ਕਿ ਮੇਰੇ ਘਰ ਪੁੱਤ ਜੰਮੇ ਤੇ ਵੱਡਾ ਹੋ ਕੇ ਮੈਨੂੰ ਧਨ ਕਮਾ ਕੇ ਦੇ ਭਾਵੇਂ ਅਗਲਾ ਵੱਡਾ ਹੁੰਦਿਆਂ ਸਾਰੀ ਬਾਹ ਫੜ ਕੇ ਘਰੋਂ ਬਾਹਰ ਕੱਢ ਦੇ ਕਿ ਮਾਈ ਤੂੰ ਘਰ ਸੁੱਟ-ਸੁੱਟ ਕੇ ਸਾਰਾ ਵਿਹੜਾ ਪਰ ਛੱਡ ਦੀ ਜਾ ਬਾਹਰ ਜਾ ਕਰਕੇ ਤੂੜੀ ਵਾਲੇ ਕਮਰੇ 'ਚ ਆਸਣ ਲਾ ਕੇ ਰਿਆ ਕਰ ਦੋ ਰੋਟੀਆਂ ਲਾਉਣੀਆਂ ਨਾਲ ਹੀ ਬਾਪੂ ਨੂੰ ਲੈ ਜਾ ਸਾਡੇ ਕੋਲ ਨਹੀਂ ਤੁਹਾਡਾ ਕੱਜੀਆ ਹੁੰਦਾ ਇਸ ਕਰਕੇ ਮਹਾਰਾਜ ਕਹਿੰਦੇ ਮਿੱਥਿਆ ਮੋਹ ਹੈ ਨਾਸ ਹੋ ਜਾਂਦਾ ਜੇ ਐਵੇਂ ਨਾ ਹੋਇਆ ਤੇ ਜਿਹੜੇ ਸਰੀਰ ਤਿਆਗ ਕੇ ਜਿਹੜੇ ਸੱਜਣ ਸਨ ਜਿਨ੍ਹਾਂ ਬਿਨਾ ਸੜ ਕੋ ਇੱਕ ਪਲ ਨਹੀਂ ਸੀ ਲੰਘਦਾ ਕਿੰਨਾ ਮਿੱਥਿਆ ਹੋਵੇਗਾ ਇਹ ਮੋਕ ਕਿੰਨਾ ਨਾਸਵੰਤ ਹੈ ਜਿਨ੍ਹਾਂ ਨਾਲ ਆਪਾਂ ਇਹ ਦਾਅਵੇ ਕਰਦੇ ਸਾਂ ਸੱਜਣਾ ਤਿਰ ਤੋਂ ਵਿਛੜਨ ਵਿਛੜਨ ਤੇ ਅਸੀਂ ਇਹ ਸੰਸਾਰ ਤੇ ਜੀਂਦੇ ਨਹੀਂ ਰਵਾਂਗੇ ਪਰਮੇਸ਼ਰ ਦਾ ਭਾਣਾ ਉਹ ਸਾਨੂੰ ਛੱਡ ਕੇ ਤੁਰ ਗਏ ਤੇ ਉਹਨਾਂ ਦੇ ਥਾਂ ਤੇ ਨਵੇਂ ਆਣ ਆਣ ਕੇ ਥਾਂ ਲੈ ਲਈ ਹੁਣ ਉਹਨਾਂ ਨੂੰ ਉਹ ਗੱਲਾਂ ਕਰੀ ਜਾਂਦੇ ਸੱਜਣੋ ਸੱਜਣ ਤੇ ਉਹ ਵੀ ਸਨ ਪਰ ਜਦਨ ਦੇ ਤੁਹਾਨੂੰ ਮਿਲੇ ਆਂ ਪ੍ਰਾਣੇ ਭੁੱਲ ਗਏ ਨੇ ਇਸ ਕਰਕੇ ਮਹਾਰਾਜ ਕਹਿੰਦੇ ਮੋਹ ਮਿੱਥਿਆ ਹੈ ਨਾਸਮੰਤ ਇਹ ਜਿਹੜਾ ਮਿੱਥਿਆ ਅਥਵਾ ਅੱਗੇ ਹੋਰ ਪੜ ਲਈਏ ਮਿੱਥਿਆ ਮੋਹ ਇਹ ਜਿਹੜਾ ਮੋਹ ਹੈ ਨਾਸ ਕਰ ਦੇਣ ਵਾਲਾ ਇਹ ਵੱਡਿਆਂ ਵੱਡਿਆਂ ਨੂੰ ਵੇਖ ਇਸ ਮੋਹ ਨੇ ਆਪਣੇ ਚਲਾ ਕਰਕੇ ਤੇ ਵੱਡਿਆਂ ਵੱਡਿਆਂ ਨੂੰ ਬੰਦਗੀ ਦੇ ਰਸਤੇ ਤੋਂ ਰੋਕ ਕਰਕੇ ਤੇ ਮਿੱਥਿਆ ਸਵਾ ਹੀ ਕਰ ਦਿੱਤਾ ਬੱਲੇ ਰਹਿਣ ਹੀ ਨਹੀਂ ਦਿੱਤਾ ਕਾਦੇ ਲਈ ਮਹਾਰਾਜ ਕਹਿੰਦੇ ਇਹਦੇ ਬੰਦਨ ਵਿੱਚ ਵੱਧਾ ਹੋਇਆ ਹੈ ਮਾਦਵੇ ਭਜ ਦਿਨ ਨਿਤ ਰਣੀ ਮਹਾਰਾਜ ਫਿਰ ਕੀ ਕਰੀਏ ਕਹਿੰਦੇ ਮਨ ਨੂੰ ਸਮਝਾ ਅਥਵਾ ਬੇਨਤੀ ਕਰ へ ਮਾਦੋ ਆਕਾਲ ਪੁਰਖ ਵਾਹਿਗੁਰੂ ਜੀ ਆਪ ਕਿਰਪਾ ਕਰੋ ਮੇਰੇ ਮਨ ਦੀ ਪ੍ਰੀਤ ਐਸੀ ਬਣ ਜਾਵੇ ਮੈਂ ਦਿਨ ਪਰ ਰਾਤ ਆਪ ਜੀ ਦੇ ਸਿਮਰਨ ਚ ਲੱਗਾ ਰਵਾਂ ਪਾਸ਼ਾ ਮੇਰੀ ਕੀ ਗਲਤੀ ਹੈ ਮੈਂ ਆਮ ਸੰਸਾਰੀ ਹਾਂ ਆਪਜੀ ਦਾ ਬਾਲਕ ਹਾਂ ਅਰਦਾਸ ਕਰੀਏ ਰਾਮ ਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡਸ ਆਵਗਣ ਮੇਰਾ ਪਾਸ਼ਾ ਮੈਂ ਆਪਜੀ ਦਾ ਬੱਚਾ ਹਾਂ ਮੈਂ ਆਪਜੀ ਦੀ ਧੀ ਆ ਗੁਰਦੇਵ ਗੁਰੂ ਗ੍ਰੰਥ ਸਾਹਿਬਹਾਰਾਜ ਮੇਰੇ ਕਸੂਰ ਕੀ ਹੈ ਮੈਂ ਵੀ ਸੰਸਾਰੀਆਂ ਵਰਗੀ ਜਦੋਂ ਇਹ ਪੰਜ ਭੂਤਕ ਦੇਹੀ ਤੁਸੀਂ ਬਖਸ਼ਿਸ਼ ਕਰ ਦਿੱਤੀ ਹੈ ਇਹਦੇ ਅੰਦਰ ਪੰਜ ਆਪਜੀ ਨੇ ਕਰਮ ਭਰ ਦਿੱਤੇ ਹਨ ਆਪਜੀ ਨੇ ਕਿਰਪਾ ਕੀਤੀ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ ਬਖਸ਼ਿਸ਼ ਕੀਤੇ ਸਤਿਗੁਰੂ ਸਾਹਿਬ ਜੀ ਕੀ ਕਰਾਂ ਸੰਸਾਰੀਆਂ ਵੱਲ ਵੇਖ ਕਰਕੇ ਮੈਂ ਕੋਈ ਪਹਿਲਾ ਸਿੱਖ ਕੀਤੇ ਨਹੀਂ ਆਇਆ ਜੋ ਇੱਥੇ ਸੰਸਾਰ ਦੀ ਕਿਰਿਆ ਸੀ ਮੈਂ ਸਿੱਖ ਗਿਆ ਪਾਸ਼ਾ ਆਪਣੇ ਵਡੇਰਿਆਂ ਵੱਲ ਵੇਖਦਾ ਵੇਖਦਾ ਆਪ ਜੀ ਦੀ ਸੰਗਤ ਵਿੱਚ ਆਉਣਾ ਸ਼ੁਰੂ ਹੋ ਗਿਆ ਤੁਸੀਂ ਕਿਰਪਾ ਕੀਤੀ ਲੈ ਆਂਦਾ ਦਇਆਲਤਾ ਕਰੋ ਜਦੋਂ ਆਪ ਜੀ ਦੀ ਸੰਗਤ ਵਿੱਚ ਆਇਆ ਮਾਪੁਰਖਾਂ ਦੀ ਵਰਸੀ ਦੇ ਦਿਹਾੜੇ ਤੇ 71 ਹੋਈ ਸੰਗਤ ਮਾਪੁਰਖਾਂ ਦਾ ਜੀਵਨ ਸੁਣਿਆ ਚਿੱਤ ਚ ਚਾ ਬੜਾ ਆਇਆ ਕੈਸਾ ਸੀਮਾ ਪੁਰਖਾਂ ਦਾ ਜੀਵਨ ਗੁਰਦੇਵ ਜੀ ਆਪ ਜੀ ਦੇ ਦਰ ਨਾਲੋਂ ਕਿਸੇ ਨੇ ਤੋੜਨ ਦਾ ਯਤਨ ਕੀਤਾ ਬਾਸ਼ਾ ਮੈਂ ਕੀ ਕਰਾਂ ਮੈਂ ਟੁੱਟ ਜਾਣਾ ਹਾਂ ਜਿੰਨਾ ਚਿਰ ਮਾ ਪੁਰਖਾਂ ਦਾ ਜੀਵਨ ਨਹੀਂ ਸੀ ਸੁਣਿਆ ਕਿਸੇ ਉਦਾਸੀ ਨੇ ਆਖ ਦਿੱਤਾ ਮਾ ਪੁਰਖਾਂ ਨੂੰ ਜਿਨ੍ਹਾਂ ਦੀ ਬੜੀ ਸੇਵਾ ਕੀਤੀ ਸੀ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪੱਲਾ ਛੱਡ ਕੇ ਤੇ ਮੇਰਾ ਚੇਲਾ ਬਣ ਜਾ ਤੇ ਮਹਾਰਾਜ ਮਾ ਪੁਰਖਾਂ ਦਾ ਇਸ ਜੀਵਨ ਤੋਂ ਕਿੰਨਾ ਚਿੱਤ ਚਿੱਤ ਵਿੱਚ ਉਤਸ਼ਾਹ ਤੇ ਖੇੜਾ ਆਇਆ ਆਪ ਜੀ ਦੇ پاس ਉਹਦੇ ਕੋਲ ਬੇਨਤੀ ਨਹੀਂ ਕੀਤੀ ਮੇਰਾ ਸੁਭਾਅ ਤੇ ਬਣ ਗਿਆ ਮੈਂ ਜਣੇ ਖਣੇ ਨੂੰ ਪਿਠਾ ਬਿਠਾ ਕੇ ਪੁੱਛਦਾ ਫਿਰਦਾ ਮੇਰਾ ਕੀ ਬਣੂ ਕੀ ਬਣੂ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਚਰਨਾ ਚਾਣ ਕੇ ਬੇਨਤੀ ਕੀਤੀ ਮਹਾਂਪੁਰਖਾਂ ਨੇ ਬਾਬਾ ਹਰਨਾਮ ਸਿੰਘ ਜੀ ਹੁਣਾਂ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੇ ਰਖਣਾ ਤੇ ਆਪਣੇ ਦਰ ਤੇ ਰੱਖ ਲਿਓ ਕਿਸੇ ਹੋਰ ਦਰ ਦਾ ਮੈਨੂੰ ਬਣਾਇਆ ਨਾ ਜੀ ਤੇ ਆਪ ਜੀ ਬਖਸ਼ਿਸ਼ ਦੇ ਦਰ ਚ ਆ ਗਏ ਤੁਸੀਂ ਕਹਿ ਦਿੱਤਾ ਪੁੱਤ ਹਰਨਾਮ ਸਿੰਘਾਂ ਜਾ ਜਾ ਕੇ ਅਮਰਤ ਦੀ ਦਾਤ ਪ੍ਰਾਪਤ ਕਰ ਸਤਿਗੁਰੂ ਸਾਹਿਬ ਤੈਨੂੰ ਆਨੰਦ ਬਖਸ਼ ਦੇਣਗੇ। ਸ੍ਰੀ ਆਨੰਦਪੁਰ ਸਾਹਿਬ ਜਾ ਕਰਕੇ ਅਮਰਤ ਦੀ ਦਾਤ ਪ੍ਰਾਪਤ ਕੀਤੀ। ਆਪ ਜੀ ਦਿਆਲਤਾ ਦੇ ਘਰ ਵਿੱਚ ਆਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਮਹਾਂਪੁਰਖਾਂ ਤੇ ਬਖਸ਼ਿਸ਼ ਕੀਤੀ। ਉਹ ਜਾੜਾ ਝਾਣ ਕੇ ਬਹਿ ਗਏ ਉਹ ਜਾੜਾ ਘੁਗ ਵੱਸਦੀਆਂ ਨੇ। ਆਪ ਕਿਰਪਾ ਕਰੋ ਮੇਰਾ ਹਿਰਦਾ ਰੂਪੀ ਘਰ ਵੀ ਉਜੜਿਆ ਹੀ ਪਿਆ ਜੀ ਉਜੜ ਹੀ ਪਈ। ਵਕਾਰਾਂ ਰੂਪੀ ਪੇੜ ਏਡੇ ਵੱਡੇ ਹੋ ਗਏ ਨੇ। ਮੈਂ ਜਿੰਨੇ ਮਰਜੀ ਸਾਧਨ ਕਰਾਂ ਮੇਰੇ ਪਾਸੋਂ ਉਹ ਵੱਡੇ ਨਹੀਂ ਜਾਣੇ ਜੇ ਆਪ ਬਖਸ਼ਿਸ਼ ਕਰੋ ਰਹਿਮਤ ਕਰੋ ਆਪ ਜੀ ਦਾ ਪ੍ਰੇਮ ਰੂਪੀ ਕੁਹਾੜਾ ਚੱਲ ਜਾਵੇ ਨਾ ਤੇ ਇਹ ਵਿਕਾਰਾਂ ਰੂਪੀ ਪੇਡੇ ਜਿਹੜੇ ਵੱਡੇ ਹੋ ਗਏ ਨੇ ਜਿਨ੍ਹਾਂ ਦੀਆਂ ਜੜਾਂ ਖਿਲਰੀਆਂ ਹੋਈਆਂ ਨੇ ਇਹ ਇੱਕ ਛਿਣ ਭਰ ਦੇ ਵਿੱਚ ਆਪ ਦੀ ਵੱਢ ਕੇ ਤੇ ਪਾਸੇ ਕਰ ਸਕਦੇ ਜੇ ਪਰਛਾਈ ਦਾ ਆਪ ਜੀ ਦਾ ਪ੍ਰੇਮ ਰੂਪੀ ਕੁਹਾੜਾ ਹੈ ਆਪ दयाਲਤਾ ਕਰੋ ਰਹਿਮਤ ਕਰੋ ਕਿਰਪਾ ਕਰੋ हे ਮਾਦੋ ਜੀ ਇਹੋ ਜੀ ਅਵਸਥਾ ਬਣ ਜਾਵੇ ਦਿਨ ਪਰ ਰਾਤ ਆਪ ਜੀ ਦੀ ਸਿਮਰਨ ਭਗਤੀ ਵਿੱਚ ਹੀ ਲੱਗੇ ਰਹੀਏ ਸਿਮਰਨ ਭਗਤੀ ਚ ਹੋਰ ਕੰਮ ਹੀ ਕੋਈ ਨਾ ਰਹਿ ਜਾਵੇ ਕੋਈ ਇਹੋ ਜੀ ਦਇਆਲਤਾ ਕਰ ਦਵੋ ਕੋਈ ਰਹਿਮਤ ਕਰ ਦਵੋ ਜਿਹੜੀ ਬਖਸ਼ਿਸ਼ ਕੀਤੀ ਹੈ ਆਪ ਜੀ ਨੇ ਆਪਣੇ ਪਿਆਰੇ ਮਹਾਂਪੁਰਖਾਂ ਤੇ ਉਹ ਸਾਡੇ ਤੇ ਵੀ ਕਰੋ ਅਥਵਾ ਇਸ ਮਨ ਨੂੰ ਸਮਝਾਉਣ ਦਾ ਯਤਨ ਮਹਾਰਾਜ ਕਰਦੇ ਨੇ ਕਹਿੰਦੇ ਹੇ ਮਨਾ ਉਸ ਮਾਧੋ ਆਕਾਲ ਪੁਰਖ ਵਾਹਿਗੁਰੂ ਨੂੰ ਦਿਨ ਪਰ ਰਾਤ ਹੀ ਭਜਣਾ ਕਰ ਸਿਮਰਨ ਕਰ ਜਨਮ ਪਦਾਰਥ ਜੀਤ ਹਰ ਸ਼ਰਣੀ ਮਹਾਰਾਜ ਇਹਦੇ ਨਾਲ ਕੀ ਹੋਵੇਗਾ ਕਹਿੰਦੇ ਜੋ ਜਨਮ ਰੂਪੀ ਪਦਾਰਥ ਇਹ ਜੋ ਮਨੁੱਖਾ ਜਨਮ ਮਿਲਿਆ ਹੈ ਜੋ ਬਹੁਮੁੱਲਾ ਪਦਾਰਥ ਪਰਮੇਸ਼ਰ ਵਾਹਿਗੁਰੂ ਨੇ ਤੈਨੂੰ ਦਿੱਤਾ ਹੈ ਇਹ ਜਿੱਤਿਆ ਜਾ ਸਕਦਾ ਹੈ ਇਹ ਸੰਸਾਰ ਨੂੰ ਜਿੱਤਣ ਵਾਸਤੇ ਆਇਆ ਹੈ ਇਹ ਜਿੱਤਿਆ ਜਾ ਸਕਦਾ ਹੈ ਜੇ ਪਰਮੇਸ਼ਰ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰ ਲਵੇ ਵੇਖ ਜਿਨ੍ਹਾਂ ਨੇ ਸ਼ਰਨ ਗ੍ਰਹਿਣ ਕੀਤੀ ਹੈ ਉਹ ਕਿੰਨਿਆ ਕਦੀ ਕਥਾ ਤੈਨੂੰ ਸੁਣਾਇਂ ਜਿਨ੍ਹਾਂ ਦਾ ਨਿਮਖ ਮਾਤਰ ਵਿੱਚ ਵੀ ਇਸ ਧਰਤੀ ਦੇ ਉੱਤੇ ਆਇਆ ਹੋਇਆਂ ਦਾ ਨਸਤਾਰਾ ਹੋ ਗਿਆ ਜਿਨ੍ਹਾਂ ਨੂੰ ਆਪਾਂ ਪੜਦੇ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਸਤਾਰਾ ਸੋ ਇੱਕ ਨਿਮਖ ਭਰ ਦੇ ਵਿੱਚ ਹੀ ਨਸਤਾਰਾ ਹੋ ਗਿਆ ਉਹਨਾਂ ਦਾ ਜਿਸ ਸਮੇਂ ਭਾਈ ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਬੰਦਗੀ ਕੀਤੀ ਇਸ ਕਰਕੇ ਸਤਗੁਰੂ ਸਾਹਿਬ ਜੀ ਬਖਸ਼ਿਸ਼ ਦੇ ਘਰ ਵਿੱਚ ਆਣ ਕੇ ਤੇ ਤੇ ਅੱਜ ਦੇ ਦਿਹਾੜੇ ਦਿਵਾਲਤਾ ਕਰ ਰਹੇ ਨੇ ਜੇ ਇਹ ਜਨਮ ਰੂਪੀ ਪਦਾਰਥ ਜਿਤਨਾ ਚਾਹਨਾ ਹੈ ਜੇ ਮਨ 'ਚ ਇਹ ਚਾਹ ਓ ਮਾਹ ਉਤਸ਼ਾਹ ਪੈਦਾ ਹੋਇਆ ਹੈ ਕਿ ਮੈਂ ਇਸ ਸੰਸਾਰ ਤੋਂ ਜਿੱਤ ਕਰਕੇ ਜਾਵਾਂ ਤੇ ਫਿਰ ਤੈਨੂੰ ਸਤਿਗੁਰੂ ਸਾਹਿਬ ਜੀ ਦੀ ਆਗਿਆ ਵਿੱਚ ਚੱਲਣਾ ਪਵੇ ਨਹੀਂ ਤੇ ਗੁਰਮਤਿ ਪਿਆਰੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਦਿਆਂ ਆਪਾਂ ਸਮਾਪਤੀ ਤੋਂ ਪਹਿਲਾਂ ਪੰਕਤੀਆਂ ਸੁਣੀਆਂ ਨੇ ਗੁਰਸਿੱਖਾ ਕੀਤੇ ਅਵਸਥਾ ਨਾ ਬਣ ਜਾਵੇ ਚਾਕਰ ਲੱਗੈ ਚੱਕਰੀ ਨਾਲੇ ਗਾਰਬਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਹਿਬ ਚੱਕਰੀ ਚ ਵੀ ਲੱਗਾ ਰਵੇਂ ਅਖਵਾਈ ਜਾਵੇਂ ਮੈਂ ਗੁਰੂ ਦਾ ਸਿੱਖ ਹਾਂ ਤੇ ਆਪਣਾ ਹੰਕਾਰ ਵੀ ਨਾ ਛੱਡੇ ਸਤਿਗੁਰੂ ਸਾਹਿਬ ਜੀ ਕਹਿੰਦੇ ਦੋਵਾਂ ਪਾਸਿਆਂ ਦਾ ਨਹੀਂ ਰਿਹਾ ਨਾ ਸੰਸਾਰ ਨਾਲ ਨਿਬੜ ਸਕਿਆ ਨਾ ਪਰਮੇਸ਼ਰ ਵਾਹਿਗੁਰੂ ਦੇ ਦਰ ਦਾ ਹੋ ਸਕਿਆ ਦੋਵਾਂ ਪਾਸਿਆਂ ਤੋਂ ਖਾਲੀ ਰਹਿ ਗਿਆ ਨਾ ਤੇ ਸੰਸਾਰੀ ਹੋ ਕੇ ਜੀਵਿਆ ਇਹ ਕਹਾਈ ਗਿਆ ਮੈਂ ਸਿੱਖ ਹਾਂ ਤੇ ਗੁਰੂ ਕੀ ਆਗਿਆ ਮੰਨੀ ਨਹੀਂ ਗੁਰੂ ਕੀ ਆਗਿਆ ਕੀ ਸੀ ਗੁਰ ਸਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਨ ਰਾਲੀ ਜੋ ਗੁਰੂ ਸਾਹਿਬ ਜੀ ਕਹਿ ਦੇਣ ਜੋ ਗੁਰੂ ਕੀ ਆਗਿਆ ਹੈ ਉਸ ਆਗਿਆ ਵਿੱਚ ਆਪਣਾ ਚਿੱਤ ਦੇ ਕਰਕੇ ਚੱਲਣਾ ਕਰ ਉਸ ਆਗਿਆ ਵਿੱਚ ਤੇ ਗੁਰੂ ਕੀ ਆਗਿਆ ਤੇ ਚਿਤ ਕਰਕੇ ਦ੍ਰਿੜੀ ਨਾ ਕੀਤੀ ਧਾਰਨ ਨਾ ਕੀਤੀ ਗੁਰੂ ਕੀ ਆਗਿਆ ਸੀ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚਿਹਰਾ ਜੇ ਰਹਿਤਵਾਨ ਹੈ ਤੇ ਤਾਂ ਸਿੱਖ ਹੈ ਜੇ ਰਹਿਤ ਵਿੱਚ ਨਹੀਂ ਤੇ ਤੈਨੂੰ ਸਿੱਖ ਮੈਂ ਮੰਨਦਾ ਹੀ ਨਹੀਂ ਤੇ ਜਿਹਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੇਖੀ ਨਾ ਮੰਨਣ ਤੇ ਭਾਈ ਜਿੰਨਾ ਮਰਜ਼ੀ ਟੰਕਾਉਂ ਚਲੇ ਕਰਦਾ ਫਿਰੇ ਜਿੰਨੇ ਮਰਜ਼ੀ ਹੀ ਆਪਣੇ ਆਪ ਨੂੰ ਜ਼ਬਾਨ ਦਾ ਸੁਚੱਜਾ ਮੇਰੇ ਵਰਗਾ ਕੋਈ ਬਣਾ ਕੇ ਤੁਰਿਆ ਫਿਰੇ ਜਿਹਨੂੰ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੱਖ ਮੰਨਣ ਲਈ ਤਿਆਰ ਨਹੀਂ ਉਹਦਾ ਉਧਾਰ ਕਿਵੇਂ ਹੋ ਸਕਦਾ ਇਸ ਕਰਕੇ ਸਤਿਗੁਰੂ ਸਾਹਿਬ ਜੀ ਅੱਜ ਦੇ ਦਿਹਾੜੇ ਵੀ ਇਹ ਬਚਨ ਕਰਦੇ ਨੇ ਜਨਮ ਪਦਾਰਥ ਜੀਤ ਹਰ ਛਰਨੀ ਇੱਕੋ ਹੀ ਤਰੀਕਾ ਹੈ ਕੋਈ ਦੂਸਰਾ ਤਰੀਕਾ ਹੋਰ ਨਹੀਂ ਇਹ ਜਨਮ ਪਦਾਰਥ ਨੂੰ ਜੇ ਜਿਤਣਾ ਚਾਹਨਾ ਹੈ ਜੇ ਧਰਤੀ ਤੋਂ ਜਿਣ ਕਰਕੇ ਜਾਣਾ ਚਾਹਨਾ ਹੈ ਫੇਰ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਗ੍ਰਹਿਣ ਕਰ ਲੈ ਜਿਨ੍ਹਾਂ ਨੇ ਇਹ ਸ਼ਰਨ ਗ੍ਰਹਿਣ ਕੀਤੀ ਹੈ ਉਹ ਭਾਈ ਵੱਡੇ ਵੱਡੇ ਪਾਪੀਆਂ ਦਾ ਨਸਤਾਰਾ ਹੋ ਗਿਆ ਜੇ ਮਨ 'ਚ ਤੇਰੇ ਇਹ ਖਿਆਲ ਆ ਜਾਵੇ ਮਹਾਰਾਜ ਮੇਰਾ ਉਧਾਰ ਹੋ ਜਾਵੇਗਾ ਗੁਰਸਿੱਖਾ ਅਵਸ਼ ਹੋਵੇਗਾ ਜੇ ਗਣਕਾ ਵਰਗੀਆਂ ਵੇਸਵਾਵਾਂ ਦਾ ਆਧਾਰ ਹੋ ਸਕਦਾ ਹੈ ਤੇ ਤੂੰ ਕਿਉਂ ਨਹੀਂ ਤਰ ਸਕਦਾ ਆਪਣਾ ਜੇ ਪਰਮੇਸ਼ਰ ਦੀ ਭਗਤੀ ਕਰਨੇ ਤੇ ਅਜਾ ਮਨ ਪਾਪੀ ਤਰ ਸਕਦਾ ਹੈ ਤੇ ਤੇਰਾ ਵੀ ਉਧਾਰ ਹੋ ਸਕਦਾ ਜੇ ਪੂਤਨਾ ਵਰਗੀਆਂ ਪਾਪਣਾ ਦਾ ਉਧਾਰ ਹੋ ਸਕਦਾ ਹੈ ਤੇ ਫਿਰ ਤੇਰਾ ਭਲਾ ਉਧਾਰ ਕਿਉਂ ਨਹੀਂ ਹੋ ਸਕਦਾ ਬੜਾ ਸੌਖਾ ਹੈ ਕਾਰਨ ਕੀ ਕਰਾਂ ਕੀ ਮਹਾਰਾਜ ਕਹਿੰਦੇ ਜੀਤ ਹਰ ਸ਼ਰਮ ਇੱਕੋ ਹੀ ਥਾਂ ਹੈ ਜਿੱਥੇ ਜਾ ਕੇ ਸਾਰਿਆਂ ਦੀ ਜਿੱਤ ਅਵਸ਼ਾਰ ਮਹਾਰਾਜ ਇੱਥੇ ਜਿੱਤ ਕਿਵੇਂ ਹੋ ਸਕਦੀ ਹੈ ਕਾਰਨ ਕੀ ਮੈਂ ਤੇ ਬੜਾ ਯਤਨ ਕੀਤਾ ਆ ਕਈ ਗੁਰਮੁਖ ਪਿਆਰੇ ਯਤਨ ਕਰਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਭਿਆਸ ਕਰਕੇ ਸ਼ੈਦ ਮਨ ਜਿੱਤਿਆ ਜਾ ਸਕੇ ਨਹੀਂ ਪਾਏ ਅਭਿਆਸ ਗੁਰੂ ਸਾਹਿਬ ਕਿਰਪਾ ਕਰ ਨਾਮ ਸਿਮਰਨ ਭਗਤੀ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਇਹੋ ਹੀ ਮਹਾਨ ਅਭਿਆਸ ਹੈ ਜਿਸ ਮੂਲ ਮੰਤਰ ਦਾ ਅਭਿਆਸ ਮਹਾਂਪੁਰਖਾਂ ਨੇ ਵੀ ਕੀਤਾ ਮੂਲ ਮੰਤਰ ਦਾ ਅਭਿਆਸ ਹੀ ਮਹਾਨ ਹੈ ਗੁਰੂ ਕਿਰਪਾ ਕਰੇ ਪਰ ਨਾਲ ਦਿਯਾਲਤਾ ਕਰਕੇ ਸਤਿਗੁਰੂ ਸਾਹਿਬ ਜੀ ਇਹ ਬਾਣੀ ਆ ਪੜਨ ਦਾ ਪ੍ਰੇਮ ਬਖਸ਼ਦੇ ਜੇ ਕੋਈ ਯਤਨ ਕਰਕੇ ਚਾਵੇ ਕਿ ਮੈਂ ਇੱਕ ਅੱਧਾ ਚਲੀਸਾ ਕੱਟ ਕੇ ਤੇ ਮੈਂ ਮਨ ਨੂੰ ਰੋਕ ਲਵਾਂਗਾ ਨਹੀਂ ਮਨ ਰੋਕਿਆ ਨਹੀਂ ਜਾ ਸਕਦਾ ਕਈ ਇਹੋ ਜਿਹੇ ਵੀ ਗੁਰਸਿੱਖ ਸੰਗਤ ਚ ਮਿਲਦੇ ਨੇ ਜੀ ਅਸੀਂ ਬੜੇ ਯਤਨ ਕੀਤੇ ਪਰ ਮਨ ਵਸ ਵਿੱਚ ਨਹੀਂ ਆਇਆ ਗੁਰਸਿੱਖਾ ਗੁਰੂ ਸਾਹਿਬ ਜੀ ਤੇ ਕਹਿੰਦੇ ਇਹੋ ਹੈ ਕਿ ਇਹ ਯਤਨ ਕਰਨੇ ਤੇ ਵਸ ਵਿੱਚ ਨਹੀਂ ਆ ਸਕਦਾ ਫਿਰ ਕਿਵੇਂ ਆਵੇਗਾ ਕਹਿੰਦੇ ਗੁਰੂ ਕੀ ਬਾਣੀ ਪੜਿਆ ਕਰ ਤਨ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਸ ਆਈਏ ਪਾਸ਼ਾ ਜੀ ਇਹ ਜਿਹੜੇ ਪੰਜੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਬੜੇ ਵੱਡੇ ਪਲਵਾਨ ਜੇ ਮੇਰੇ ਕੋਲੋਂ ਨਹੀਂ ਜੇ ਟੱਟਦੇ ਮੈਂ ਤੇ ਬੜੇ ਯਤਨ ਕਰਕੇ ਵੇਖੇ ਨੇ ਇਹ ਫੇਰ ਛਿ ਚੁੱਕ ਲੈਂਦੇ ਨੇ ਤੁਸੀਂ ਕੋਈ ਕਿਰਪਾ ਕਰੋ ਤੇ ਗੁਰਦੇਵ ਕਹਿੰਦੇ ਗੁਰ ਸਿੱਖਾ ਨੇਹ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀ ਜਦੋਂ ਸਤਗੁਰੂ ਸਾਹਿਬ ਜੀ ਨੇ ਮੋਢੇ ਤੇ થાપી ਦਿੱਤੀ ਨਾ ਜਦੋਂ ਮੇਰੀ ਪਿੱਠ ਪਲੋਸੀ ਉਦੋਂ ਇਹ ਪੰਜੇ ਦੇ ਪੰਜੇ ਹੀ ਢਾਲੇ ਪੰਜੇ ਦੇ ਪੰਜੇ ਤੇ ਮਹਾਰਾਜ ਇਹ ਜੁੱਧ ਫਿਰ ਕਿਵੇਂ ਹੋਇਆ ਇਹ ਤੇ ਬੜੀ ਵੱਡੀ ਜੰਗ ਸੀ ਮੈਂ ਤੇ ਚਫੇਲ ਹੋ ਗਿਆ ਸਾਂ ਗੁਰਦੇਵ ਕਹਿੰਦੇ ਸਭ ਇਕੱਠੇ ਹੋਏ ਆਇਆ ਇੱਕ ਜਾਸਣ ਵਾਟ ਵਟਾਇਆ ਸਭ ਹੋਈ ਸਿੰਘ ਇਕੱਠਿਆ ਗੁਰ ਬੈਠਾ ਵੇਖੈ ਆਪ ਜੀ ਕਹਿੰਦੇ ਸਾਰੇ ਇਕੱਠੇ ਹੋ ਕੇ ਆਏ ਸੀ ਇਕੱਠੇ ਹੋ ਕੇ ਜਿਸ ਸਮੇ ਆਏ ਸਤਿਗੁਰੂ ਸਾਹਿਬ ਜੀ ਆਪ ਉਸ ਸਮੇਂ ਵੇਖ ਰਹੇ ਸਨ ਦਿਆਲਤਾ ਕੀਤੀ ਜਦੋਂ ਮੋਢੇ ਤੇ ਥਾਪੀ ਦਿੱਤੀ ਤੇ ਸਾਰਿਆਂ ਨੂੰ ਇਕੱਠਿਆਂ ਨੂੰ ਢਾਲਿਆ ਇਕੱਠਿਆਂ ਨੂੰ ਹੁਣ ਸਾਰੇ ਵਸ ਵਿੱਚ ਆ ਗਏ ਨੇ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਅਵਸਥਾ ਕੀ ਬਣ ਗਈ ਹੈ ਉਹਨਾਂ ਦੇ ਮਨ ਵਿੱਚ ਮਹਾਰਾਜ ਇਹ ਸਾਰੇ ਵਸ ਵਿੱਚ ਆ ਜਾਣ ਫਿਰਕੀ ਕਰਦੇ ਨੇ ਹੁਣ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਅਵਸਥਾ ਕੀ ਬਣ ਗਈ ਲੋਭ ਮੁੱਕ ਗਿਆ ਨਹੀਂ ਲੋਭ ਸੇਵਾ ਵਿੱਚ ਲੱਗ ਗਿਆ ਲੋਭ ਕੀ ਹੈ ਹੁਣ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦਾ ਵੱਧ ਤੋਂ ਵੱਧ ਨਾਮ ਅਭਿਆਸ ਕਰ ਲਈਏ ਵੱਧ ਤੋਂ ਵੱਧ ਸੇਵਾ ਕਰ ਲਈਏ ਸੰਗਤ ਦੀ ਲਾਲਚ ਇਹ ਪੈਦਾ ਹੋ ਗਿਆ ਕਿ ਇਹ ਸਰੀਰ ਦੁਬਾਰਾ ਨਹੀਂ ਮਿਲਣਾ ਜਿੰਨੇ ਸਾਹ ਬਚੇ ਨੇ ਇਹਨਾਂ ਸਾਹਾਂ ਦੁਆਰਾ ਜਿੰਨੀ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕੀਤੀ ਜਾ ਸਕਦੀ ਜਿੰਨੀ ਗੁਰਬਾਣੀ ਪੜ੍ਹੀ ਜਾ ਸਕਦੀ ਪੜ੍ਹ ਲਈਏ ਮੋਹ ਕੀ ਹੈ ਜੋ ਦੀਸਾ ਗੁਰਸਿੱਖੜਾ ਤੇ ਸ ਨਿਵ ਨਿਵ ਲਾਗੋ ਪਾਏ ਜੀ ਅੱਗੇ ਧੀਆਂ ਪੁੱਤਰਾਂ ਦੀਆਂ ਲਾਲਾਂ ਚੱਟਦਾ ਫਿਰਦਾ ਸੀ ਹੁਣ ਗੁਰਸਿੱਖਾਂ ਦੇ ਚਰਨ ਝਾੜਦਾ ਫਿਰਦਾ ਹੈ ਤੁਹਾਨੂੰ ਗੁਰਸਿੱਖੋ ਤੁਸੀਂ ਕਿਰਪਾ ਕੀਤੀ ਤੁਸੀਂ ਗੁਰੂ ਵਾਲਿਆਂ ਨੇ ਦੀਦਾਰ ਬਖਸ਼ ਦਿੱਤੇ ਨੇ ਇਹਨਾਂ ਨਾਲੋਂ ਵੱਡਾ ਮੋਹ ਪ੍ਰੀਤ ਹੋਰ ਕੀ ਹੋ ਸਕਦਾ ਕਾਮ ਅੱਗੇ ਪਰਾਏ ਘਰਾਂ ਚ ਜਾ ਕਰਕੇ ਕਲੰਕੀ ਕਰਾਉਂਦਾ ਸੀ ਤੇ ਹੁਣ ਮਨ ਦੀਆਂ ਇਛਾਵਾਂ ਹੀ ਬਦਲ ਗਈਆਂ ਬਦਵਾਨਾ ਨੇ ਦੱਸਿਆ ਕਾਮ ਕਾਮ ਸਭ ਕੋ ਕਹ ਕਾਮ ਨਾ ਜਾਣ ਕੋਏ ਜਿਤਨੀ ਮਨ ਕੀ ਕਾਮਨਾ ਕਾਮ ਕਹਾਵੇ ਸੋਏ ਜਿੰਨੀਆਂ ਮਨ ਦੀਆਂ ਕਾਮਨਾਵਾਂ ਨੇ ਛਾਵਾਂ ਨੇ ਹੁਣ ਛਾਵਾਂ ਹੀ ਬਦਲ ਗਈਆਂ ਹੁਣ ਛਾਵਾਂ ਉਹੋ ਜੀਆਂ ਰਹੀਆਂ ਹੀ ਨਹੀਂ ਹੁਣ ਪ੍ਰਾਏ ਘਰਾਂ ਚ ਜਾਣਾ ਨਹੀਂ ਲੋਚਦਾ ਹੁਣ ਤੇ ਮਨ ਇਹ ਕਾਮ ਇਸ ਪਾਸੇ ਨੂੰ ਲੱਗ ਗਿਆ ਹੈ ਗੁਰਸਿੱਖਾ ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਾਂਗ ਗੁਰੂ ਕੀ ਆਗਿਆ ਵਿੱਚ ਆ ਗਿਆ ਫਿਰ ਅਸ਼ਾਵਾ ਸ਼ੁਭ ਹੋ ਗਈਆਂ ਸਾਰਿਆਂ ਨੂੰ ਧੀਆ ਪੁੱਤਰ ਮਾਤਾ ਭੈਣ ਭਾਈ ਭਤੀਜੇ ਇਹ ਸਵਕਾਰ ਕਰਕੇ ਤੇ ਚੱਲ ਪਿਆ ਤੇ ਹੰਕਾਰ ਅੱਗੇ ਸੀ ਮੈਂ ਵੱਡਾ ਹਾਂ ਹੰਕਾਰ ਦੀ ਅਵਸਥਾ ਹੀ ਬਦਲ ਗਈ ਹੁਣ ਤੇ ਕੋਈ ਪੁੱਛਦਾ ਏ ਕੀ ਹੈ ਤੇ ਗੁਰੂ ਕਸੇ ਕਹਿੰਦਾ ਮਾਣ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਪਾਸ਼ਾ ਮੇਰਾ ਤੇ ਤੇਰੇ ਤੇ ਮਾਣ ਹੈ ਕਿਸੇ ਹੀ ਕੋਈ ਕੋਏ ਮੰਜ ਨਮਾਣੀ ਹਿੱਕ ਤੂੰ ਕਿਉ ਨਾ ਮਰੀਜਾ ਰੋਏ ਜਾਂ ਲਗ ਚੇਤਨਾ ਆ ਬਈ ਪਾਸ਼ਾ ਸਾਡੇ ਤੇ ਇੱਕ ਤੁਸੀਂ ਹੋ ਆਪ ਜੀ ਹੋ ਜਿਨ੍ਹਾਂ ਤੇ ਅਸੀਂ ਮਾਣ ਕਰ ਸਕਦੇ ਹੰਕਾਰ ਹੈ ਪਰ ਇਸ ਗੱਲ ਦਾ ਹੈ ਕਿ ਮੇਰਾ ਬਾਪੂ ਵੱਡਾ ਹੈ ਮੈਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁੱਤਰ ਹਾਂ ਮੈਂ ਸਰਬੰਸਦਾਨੀ ਸਤਗੁਰੂ ਸਾਹਿਬ ਜੀ ਦਾ ਪੁੱਤਰ ਹਾਂ ਮੇਰੇ ਗਾਤਰੇ ਪਈ ਕਿਰਪਾਨ ਮੇਰੇ ਸਿਰ ਤੇ ਕੇਸ ਇਹ ਦਾੜਾ ਇਹ ਲੱਗਾ ਹੋਇਆ ਕੰਗਾ ਹੱਥ 'ਚ ਪਿਆ ਕੜਾ ਤੀੜ ਪਿਆ ਕਸ਼ਹਰਾ ਇਸ ਗੱਲ ਦਾ ਸੰਕੇਤ ਹੈ ਕਿ ਕਲਗੀਆਂ ਵਾਲਾ ਬਾਪੂ ਮੇਰਾ ਬਾਪੂ ਆ ਮੇਰਾ ਬਾਪੂ ਤੇ ਜਦੋਂ ਇਹ ਮਾਨ ਆ ਗਿਆ ਨਾ ਫਿਰ ਸੰਸਾਰ ਦਾ ਕੋਈ ਮਨੁੱਖ ਨਹੀਂ ਜਿਹੜਾ ਗੁਰੂ ਕੇ ਸਿੱਖ ਨੂੰ ਜਿੱਤ ਸਕਦਾ ਹੋਵੇ ਜਿਹੜਾ ਇਹ ਸਨਮਾਨ ਨਾਲ ਜੀਦਾ ਹੋਵੇ ਜਿਸ ਧੀ ਜਿਸ ਬੱਚੀ ਦੇ ਅੰਦਰ ਇਹ ਪ੍ਰਪਗਤਾ ਆ ਗਈ ਕਿ ਮੈਂ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਧੀ ਹਾਂ ਉਸ ਬੱਚੀ ਦੀ ਕੋਈ ਇੱਜ਼ਤ ਵੱਲ ਵੇਖਣਾ ਤੇ ਦੂਰ ਉਂਗਲ ਵੀ ਤਾਣੂ ਉਠਾ ਕਰਕੇ ਉਸ ਨਾਲ ਬਚਨ ਨਹੀਂ ਕਰ ਸਕਦਾ ਇਸ ਜਿਹੜਾ ਸਨਮਾਨ ਨਾਲ ਜਿੰਦਾ ਹੰਕਾਰ ਤੇ ਸੀ ਮਾਣ ਤੇ ਸੀ ਪਰ ਮਾਣ ਵੀ ਸੇਵਾ ਵਾਲਾ ਹੋ ਗਿਆ ਐਸਾ ਪਾਈ ਜੋ ਸਤਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਕਹਿੰਦੇ ਜੇ ਜਨਮ ਪਦਾਰਥ ਨੂੰ ਜਿਤਨਾ ਚਾਹਨਾ ਹੈ ਫਿਰ ਇਸ ਤਰੀਕੇ ਦੇ ਨਾਲ ਸ਼ਰਨ ਗ੍ਰਹਿਣ ਕਰ ਇਹ ਪੰਜੇ ਦੇ ਪੰਜੇ ਸੇਵਾ ਵਿੱਚ ਲੱਗ ਜਾਣਗੇ ਤੇ ਮਹਾਰਾਜ ਕ੍ਰੋਧ ਕਿੱਥੇ ਜਾਂਦਾ ਹੈ ਕ੍ਰੋਧ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦਾ ਵੀ ਸ਼ੁਭ ਹੋ ਗਿਆ ਹੁਣ ਕ੍ਰੋਧ ਦੀ ਹੋ ਕਰਕੇ ਲੋਕਾਂ ਨੂੰ ਗਾਲਾਂ ਨਹੀਂ ਕੱਢਦੇ ਹੁਣ ਤੇ ਸੁਭਾਅ ਕੀ ਬਣ ਗਿਆ ਹੈ ਮਹਾਤਮਾ ਮਾਪੁਰਖਾਂ ਦਾ ਕ੍ਰੋਧ ਕਰਦੇ ਨੇ ਗੁੱਸਾ ਕਰਦੇ ਨੇ ਪਰ ਕਰਦੇ ਕਿਸ ਗੱਲ ਤੇ ਨੇ ਜਿਵੇਂ ਮਹਾਂਪੁਰਖ ਗੁਰਮੁਖ ਪਿਆਰਿਆਂ ਦੀ ਕਥਾ ਹੁੰਦੀ ਹੈ ਕਿ ਕੋਈ ਮਹਾਤਮਾ ਜਨ ਸਨ ਰੋਜ਼ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਨਾ ਤਲਾਬ ਤੋਂ ਤੇ ਫੇਰ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਭਗਤੀ ਚ ਜੁੜ ਜਾਣਾ ਸਿਆਲ ਦੇ ਦਿਹਾੜੇ ਸਨ ਕੋਈ ਪ੍ਰੇਮੀ ਆਇਆ ਵੇਖਿਆ ਮਹਾਂਪੁਰਖਾਂ ਦੇ ਪਾਸ ਚੰਗਾ ਕੰਬਲ ਕੋਈ ਨਹੀਂ ਸਿਆਲ ਚ ਠੰਡ ਬੜੀ ਜ਼ਿਆਦਾ ਹੈ ਮਹਾਂਪੁਰਖਾਂ ਨੂੰ ਇੱਕ ਨਵਾਂ ਕੰਬਲ ਲੈ ਕੇ ਤੇ ਦੇ ਗਿਆ ਦਿਨੇ ਜਿਹੜਾ ਸਮਾਂ ਸੀ ਉੱਠਣ ਦਾ ਉਹ ਸਮੇਂ ਜਾਗ ਆਈ ਉੱਠੇ ਕੰਬਲ ਦਾ ਨਿੱਗ ਬੜਾ ਸੀ ਫਿਰ ਘੁੱਟ ਲਿਆ ਤੇ ਕੁਝ ਸਮਾਂ ਹੋਰ ਆਰਾਮ ਕਰ ਲਈ ਤੇ ਜਿਹੜਾ ਨਿਤਨੇਮ ਦਾ ਸਮਾਂ ਸੀ ਉਹ ਲੰਘ ਗਿਆ ਉੱਠੇ ਦਿਨ ਦਾ ਚੜ੍ਹਾ ਹੋ ਗਿਆ ਉਸ ਸਮੇਂ ਮਨ ਨਾਲ ਬੜਾ ਗੁੱਸਾ ਕੀਤਾ ਮਨਾ ਤੇਰੇ ਥੋੜੇ ਜਿੰਨੇ ਆਰਾਮ ਦੇ ਹੋਰ ਚਸਕੇ ਨੇ ਅੱਜ ਨਿਤਨੇਮ ਦਾ ਸਮਾਂ ਖੋ ਜਾ ਦਿੱਤਾ ਇੰਨੇ ਵੀਰਾਸ ਵਿੱਚ ਆਏ ਕੰਬਲ ਦੀ ਬੁੱਕਲ ਮਾਰੀ ਕਹਣ ਲੱਗੇ ਜਿਸ ਕੰਬਲ ਦਾ ਬੜਾ ਚਾਹ ਕਰਦਾ ਸੀ ਨਾ ਸਰੀਰਾ ਆ ਤੈਨੂੰ ਦੱਸੀਏ ਇਹਨੇ ਨਾਲ ਹੁਣ ਕੀ ਕਰਨਾ ਕੰਬਲ ਦੀ ਬੁੱਕਲ ਮਾਰੀ ਤੇ ਤਲਾਬ ਚ ਚਲੇ ਗਏ ਸਮੇਤ ਕੰਬਲ ਦੇ ਇਸ਼ਨਾਨ ਕਰਕੇ ਤੇ ਤਲਾਬ ਦੇ ਕੰਢੇ ਤੇ ਬਹਿ ਗਏ ਕਹਿੰਦੇ ਲੈ ਹੁਣ ਇਹਦਾ ਹੀ ਸੁੱਖ ਲੈ ਹੁਣ ਨਾ ਜਿਹੜਾ ਤੈਨੂੰ ਨਿਗ੍ਹ ਦਿੰਦਾ ਸੀ ਇਹਨੇ ਹੁਣ ਛੇਤੀ ਸੁੱਕਣਾ ਵੀ ਨਹੀਂ ਤੈਨੂੰ ਚੇਤਾ ਰਵੇਗਾ ਕਿ ਅੰਮ੍ਰਿਤ ਵੇਲਾ ਨਹੀਂ ਖੁੰਝਾਇਆ ਜਾ ਸਕਦਾ ਕ੍ਰੋਧ ਤੇ ਸੀ ਗੁੱਸਾ ਤੇ ਸੀ ਪਰ ਸ਼ੁਭ ਗੁਣ ਚ ਬਦਲ ਗਿਆ ਇਸ ਗੱਲ ਤੇ ਗੁੱਸਾ ਆਇਆ ਕਿ ਮੇਰਾ ਨਿਤਨੇਮ ਦਾ ਸਮਾਂ ਲੰਘ ਗਿਆ ਨਹੀਂ ਤੇ ਮੇਰੇ ਵਰਗਿਆਂ ਨਾਲ ਐਵੇਂ ਐਵੇਂ ਬਤੀਤ ਹੁੰਦੀ ਕਈ ਕਈ ਮਹੀਨੇ ਲੰਘ ਜਾਂਦੇ ਨੇ ਸਵੇਰੇ ਪੰਜ ਬਾਣੀਆਂ ਦਾ ਨਿਤਨੇਮ ਹੀ ਨਹੀਂ ਹੁੰਦਾ ਤੇ ਕਦੀ ਚਿੱਤ 'ਚ ਇਸ ਗੱਲ ਦਾ ਗੁੱਸਾ ਵੀ ਨਹੀਂ ਆਉਂਦਾ ਗੁੱਸਾ ਤੇ ਕਿਸ ਚੀਜ਼ ਦਾ ਆਉਂਦਾ ਏ ਕਿ ਮੇਰਾ ਧੰਨ ਚਰਾਇਆ ਗਿਆ ਤੇ ਜੇ ਇਹ ਗੁੱਸਾ ਆ ਜਾਵੇ ਕਿ ਮੇਰਾ ਨਿਤਨੇਮ ਨਹੀਂ ਹੋਇਆ ਅੱਜ ਦੇ ਦਿਹਾੜੇ ਦਾ ਸਵੇਰੇ ਪੰਜ ਬਾਣੀਆਂ ਨਹੀਂ ਪੜੀਆਂ ਸ਼ਾਮ ਰਹਾਉ ਰਾਤ ਸਾਬ ਨਹੀਂ ਪੜੀ ਸੌਣ ਲੱਗਿਆ ਕੀਰਤਮ ਸੋਲਾ ਨਹੀਂ ਕੀਤਾ ਮੈਂ ਕਿੱਡੇ ਵੱਡੇ ਘਾਟੇ 'ਚ ਜਾ ਰਿਆਂ ਜਿਸ ਦਿਨ ਇਹ ਗੁੱਸਾ ਆਉਣ ਲੱਗ ਪਿਆ ਮਾਨੋ ਕਿ ਸਿੱਖੀ ਸਾਡੇ ਘਰ ਵਿੱਚ ਜੰਮ ਪਈਏ ਹਿਰਦੇ ਰੂਪੀ ਘਰ 'ਚ ਇਹ ਗੁਰਸਿੱਖੀ ਦਾ ਬੂਟਾ ਲੱਗ ਗਿਆ ਏ ਇਹ ਵਧਣ ਫੁੱਲਣ ਲੱਗ ਪਿਆ ਜਿਸ ਨੂੰ ਇਹ ਗੁੱਸਾ ਆਉਣਾ ਆਰੰਭ ਹੋ ਜਾਵੇ ਇਸ ਕਰਕੇ ਮਹਾਰਾਜ ਕਹਿੰਦੇ ਜੇ ਜਨਮ ਪਦਾਰਥ ਜਿਤਨਾ ਚਾਹਨਾ ਹੈ ਤੇ ਫਿਰ ਤੈਨੂੰ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਹੀ ਇਕੋ ਹੀ ਥਾਂ ਹੈ ਗੁਰੂ ਕੀ ਸ਼ਰਨ ਗ੍ਰਹਿਣ ਕਰ ਰਹਾਓ ਬਸ ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ ਕਰਤ ਵਿਕਾਰ ਤਉ ਕਰ ਝਾਰਤ ਕਹਿੰਦੇ ਭਾਈ ਕਰਦਾ ਹੋਇਆ ਵਿਕਾਰ ਦੋਵੇਂ ਹੀ ਹੱਥ ਖਾਲੀ ਕਰ ਬੈਠਾ ਝਾਰਤ ਨਾਮ ਹੁੰਦਾ ਹੈ ਛਾੜ ਦੇਣ ਦਾ ਚੇਤੇ ਰੱਖ ਜੇ ਇਹੋ ਹੀ ਤੇਰੀ ਖੇਡ ਬਣੀ ਰਹੀ ਇਹਨਾਂ ਹਥਾਣਾ ਵਿਕਾਰ ਹੀ ਕਰਦਾ ਰਿਆ ਨਾ ਤੇ ਗੁਰੂ ਸਾਹਿਬ ਜੀ ਤੂੰ ਤੇ ਆਪ ਕਰਨਦਿਆਂ ਏ ਮਹਾਰਾਜ ਤੇ ਇਹ ਕਹਿੰਦੇ ਵੱਡਿਆ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਲ ਦਲਾਲ ਦੇ ਵੀ ਤੇਰੀ ਗਵਾਹੀ ਦੇਣ ਵਾਲੇ ਦੇ ਵੀ ਹੱਥ ਵੱਡੇ ਜਾਣ ਦੋਵੇਂ ਹੱਥ ਝਾੜ ਦਿੱਤੇ ਜਾਣੇ ਪਰਮੇਸ਼ਰ ਵਾਹਿਗੁਰੂ ਦੇ ਦਰ ਤੇ ਜਿਨ੍ਹਾਂ ਹੱਥਾਂ ਦੇ ਨਾਲ ਕੀ ਕਰਦਾ ਹਾਂ ਕਿ ਬਹੁ ਪਰਪੰਚ ਕਰ ਪਰ ਧਨ ਲਿਆਵਹਿ ਸੁਤਦਾਰਾ ਪਹਿ ਆਣ ਲਟਾਵਹਿ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਬੇਰਾ ਤੇਰੇ ਜੀ ਪਹਿਲੀ ਤੇ ਇਸ ਕਰਕੇ ਕਪਟਨਾਕਾਰ ਉਹਦੇ ਦਰ ਤੇ ਕਪਟ ਨਹੀਂ ਚੱਲਣੇ ਉਥੇ ਕਿਸੇ ਦੀਆਂ ਗਵਾਹੀਆਂ ਨਹੀਂ ਮੰਨੀਆਂ ਜਾਂਦੀਆਂ ਉਥੇ ਤੇ ਇਹ ਗੱਲ ਇਹ ਚੇਤੇ ਰੱਖ ਸਦ ਸੁਣਦਾ ਸਦ ਵੇਖਦਾ ਕਿਉਂ ਮੁਕਰ ਪਿਆ ਜਾਏ ਉਹ ਸਦਾ ਸੁਣ ਰਿਹਾ ਹੈ ਸਦਾ ਤੇਰੇ ਗੁਨਾਹਾਂ ਨੂੰ ਵੇਖ ਰਿਹਾ ਏ ਉਹਦੇ ਪਾਸੋਂ ਤੇ ਮੁਕਰਿਆ ਨਹੀਂ ਨਾ ਜਾਣਾ ਜਿੰਨੇ ਮਰਜ਼ੀ ਵੀ ਯਤਨ ਕਰ ਲਵੀਂ ਮੁਕਰਨ ਦੇ ਜਦੋਂ ਉਹਨਾਂ ਨੇ ਸਮਾ ਸਮੇਤ ਤੈਨੂੰ ਦੱਸਿਆ ਕਿ ਐਸ ਸਮੇ ਆਵਕਾਰ ਕੀਤਾ ਤੂੰ ਐਸ ਸਮੇ ਫਲਾਣੇ ਥਾਂ ਤੇ ਖਲੋਤਾ ਹੋਇਆ ਸੈਂ ਕਿਵੇਂ ਮੁਕਰੇਗਾ ਨਹੀਂ ਮੁਕਰਿਆ ਜਾਣਾ ਜਿੱਥੇ ਤੇਰੇ ਸ਼ੁਭ ਗੁਣਾਂ ਦੀ ਗਿਣਤੀ ਹੈ ਉੱਥੇ ਔਗਣਾਂ ਦੀ ਵੀ ਨਿਰੰਤਰ ਚੱਲ ਰਹੀ ਇਸ ਕਰਕੇ ਕਹਿੰਦੇ ਇਹ ਦੋਵੇਂ ਕਰ ਛਾੜ ਦਿੱਤੇ ਜਾਣਗੇ ਅਥਵਾ ਹੁਣ ਤੇ ਤੋਬਾ ਕਰ ਜਾ ਹੁਣ ਤੇ ਪਾਸੇ ਹੋ ਜਾ ਇਹਨਾਂ ਬਕਾਰਾਂ ਤੋਂ ਆਪਣੇ ਆਪ ਨੂੰ ਪਾਸੇ ਕਰ ਲੈ RAM RATAN RIDD TIL NAHI DHARAT ਪਰਮੇਸ਼ਰ ਵਾਹਿਗੁਰੂ ਦਾ ਜੋ ਨਾਮ ਰੂਪੀ ਰਤਨ ਸੀ ਉਹਨੂੰ ਹਿਰਦੇ ਵਿੱਚ ਧਾਰਨ ਕੀਤਾ ਹੀ ਨਹੀਂ ਜਿਸ ਨਾਮ ਰਤਨ ਨਾਲ ਜੁੜਨੇ ਤੇ ਸੰਸਾਰ ਦੇ ਪਦਾਰਥਾਂ ਚ ਰਤਾ ਜਿੰਨੀ ਵੀ ਪ੍ਰੀਤੀ ਨਹੀਂ ਸੀ ਰਣੀ ਉਹ ਸ ਰਤਨ ਪਦਾਰਥ ਨੂੰ ਤੂੰ ਪ੍ਰਾਪਤ ਹੀ ਨਹੀਂ ਕੀਤਾ ਆ ਹੋਰ ਨਾ ਥਾਵਾਂ ਤੇ ਤੁਰਿਆ ਫਿਰਦਾ ਬਾਬਾ ਜੀ ਮੈਨੂੰ ਗੁਰਮੰਤਰ ਦੱਸ ਦਵੋ ਤੇ ਵਾਹਿਗੁਰੂ ਮੰਤਰ ਤੋਂ ਭੁੱਲਿਆ ਹੀ ਫਿਰਦਾ ਜਿਹਦੇ ਬਾਬਤ ਪੜਨਾ ਤੇ ਸੀ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਤੇ ਹਰ ਜਣੇ ਖਣੇ ਤੂੰ ਜਾ ਕੇ ਗੁਰਮੰਤਰ ਪੁੱਛਦਾ ਫਿਰਦਾ ਹੈ ਚੇਤੇ ਰੱਖ ਵਾਹਿਗੁਰੂ ਮੰਤਰ ਤੋਂ ਬਿਨਾ ਉਧਾਰ ਨਹੀਂ ਹੋ ਸਕਦਾ ਪਰਨ ਪੋਖਣ ਸੰਗ ਔਦ ਬਿਹਾਨੀ ਅਵਸਥਾ ਕੀ ਬਣ ਗਈ ਖਾਣ ਪੀਣ ਪੈਣ ਹੰਡਾਉਣ ਵਿੱਚ ਇਹਦੇ ਵਿੱਚ ਹੀ ਆਪਣੇ ਸਰੀਰ ਨੂੰ ਪਾਲਣ ਤੇ ਪੋਸਣ ਦੇ ਵਿੱਚ ਹੀ ਆਉਧ ਉਮਰ ਬਤੀਤ ਹੁੰਦੀ ਜਾਂਦੀ ਹੈ ਇਹਨੂੰ ਪਾਲਣ ਪੋਸਣ ਵਿੱਚ ਹੀ ਲੱਗਿਆ ਹੋਇਆ ਠੀਕ ਹੈ ਇਹਦਾ ਤੇ ਇਨਾਂਕ ਸੰਬੰਧ ਸੀ ਕਿ ਇਹਨੂੰ ਇਨਾਂ ਪਾਲਦਾ ਇਹ ਸਿਮਰਨ ਭਗਤੀ ਸੇਵਾ ਯੋਗਾ ਰਹਿ ਜਾਂਦਾ ਪਰ ਇਹਨੂੰ ਪਾਲਣ ਪੋਸਣ ਵਿੱਚ ਪਹਿਲਾਂ ਇਹਨੂੰ ਖਾਂਦਾ ਹੈ ਪੀਂਦਾ ਹੈ ਫਰ ਕਈ ਕਈ ਘੰਟੇ ਸ਼ੀਸ਼ੇ ਦੇ ਸਾਹਮਣੇ ਲਾ ਦਿੰਦਾ ਕਿ ਇਹ ਸੋਨਾ ਲੱਗਦਾ ਸ਼ੀਸ਼ੇ ਦੀ ਬਿਮਾਰੀ ਸੀ ਨਾ ਕਹਿੋ ਜਿਆ ਸੁਭਾਅ ਬਣ ਗਿਆ ਇਹਦੇ ਪਾਲਣ ਪੋਸ਼ਣ ਵਿੱਚ ਇਹਨੂੰ ਸਵਾਰਨ ਵਿੱਚ ਮੂੰਹ ਕਾਲਾ ਕਰਦਿਆਂ ਹੋਇਆ ਵੀ ਗਰੀਜ ਨਹੀਂ ਆਉਂਦੀ ਸੋਚਦਾ ਹੈ ਕਿ ਮੈਂ ਸੋਨਾ ਹੋ ਰਿਹਾ ਕਿਸੇ ਦੇ ਮੂੰਹ ਤੇ ਸਿਰ ਤੇ ਕਾਲ ਖਲਾ ਦਵੋ ਤੇ ਬੜੀ ਵੱਡਾ ਮਿਹਣਾ ਸੀ ਸੰਸਾਰ ਦੇ ਵਿੱਚ ਕਿ ਫਲਾਣੇ ਦਾ ਮੂੰਹ ਕਾਲਾ ਕੀਤਾ ਜੇ ਉੱਥੇ ਫੜ ਕੇ ਫਲਾਣੇ ਦੇ ਸਿਰ 'ਚ ਸਵਾਹ ਪਾਈ ਜੇ ਬੜਾ ਵੱਡਾ ਪਾਪੀ ਸੀ ਤੇ ਹੁਣ ਕੀ ਅਵਸਥਾ ਬਣ ਗਈ ਸ਼ੀਸ਼ੇ ਦੇ ਸਾਹਮਣੇ ਖਲੋਤੇ ਖਲੋਤੇ ਨੂੰ ਵੇਖਿਆ ਕਿ ਦਾੜੇ ਦੇ ਕੁਝ ਕੇਸ ਚਿੱਟੇ ਹੋ ਗਏ ਨੇ ਭਚੰਗੀ ਨੂੰ ਆਵਾਜ਼ ਮਾਰੀ ਕਹਨ ਲੱਗਾ ਜਾ ਉੱਥੋਂ ਦੁਕਾਨ ਤੋਂ ਜਾ ਕੇ ਕਾਲਖ ਫੜ ਕੇ ਲਿਆ ਪੁੱਛਿਆ ਬਾਪੂ ਕਰਨਾ ਕੀ ਏ ਕਹਨ ਲੱਗਾ ਮੇਰੇ ਵਾਲ ਕਾਲੇ ਹੁੰਦੇ ਜਾਂਦੇ ਮੈਂ ਥੋੜੀ ਜੀ ਕੂਚੀ ਮੂੰਹ ਤੇ ਮਾਰ ਕੇ ਬਾਹਰ ਨਿਕਲਾਂ ਲੋਕਾਂ ਨੂੰ ਪਤਾ ਨਾ ਲੱਗੇ ਕਿ ਮੈਂ ਚਿੱਟਾ ਹੋ ਗੇ ਮਨੂ ਲੋਕ ਬਜ਼ੁਰਗ ਬਾਪੂ ਨਾ ਕਹਿਣ ਲੱਗ ਪਣ ਦੁਹਾਈ ਰੱਬ ਦੀ ਬਜ਼ੁਰਗ ਨਾਮ ਤੇ ਸਿਆਣੇ ਦਾ ਸੀ ਜੇ ਤੈਨੂੰ ਕੋਈ ਬਾਪੂ ਕਵੇਗਾ ਤੇ ਇਹਦਾ ਭਾਵ ਤੇਨੂੰ ਸਿਆਣਾ ਹੀ ਕਵੇਗਾ ਨਾ ਇਹਨੂੰ ਪਾਲਣ ਪੋਸ਼ਣ ਵਿੱਚ ਇੰਨਾ ਲੱਗ ਗਿਆ ਮੂੰਹ ਕਾਲਾ ਕਰਦਿਆਂ ਮੀ ਲੱਜਾ ਨਹੀਂ ਸ਼ਰਮ ਨਹੀਂ ਸਿਰ ਤੇ ਸਵਾ ਧੂੜ ਕਰਕੇ ਸਿਰ ਕਾਲਾ ਕਰਦੀਆਂ ਧੀਆ ਪੈਣਾ ਨੂੰ ਆਮ ਤੌਰ ਤੇ ਬੀਬੀਆਂ ਨੂੰ ਮਿਹਣਾ ਸੀ ਇਹ ਮੇਣਾ ਦਿਆ ਕਰਦੀਆਂ ਸੀ ਬੀਬੀਆਂ ਕਿ ਫਲਾਣੀ ਨੇ ਆਪਣੇ ਸਿਰ 'ਚ ਵੀ ਸਵਾਹ ਪਾਈ ਤੇ ਟੱਬਰ ਦੇ ਸਿਰ 'ਚ ਵੀ ਪਵਾਏ ਤੇ ਹੁਣ ਸੇਰਾ ਸਿਰ ਕਾਲਾ ਕਰਕੇ ਕਹਿੰਦੀਆਂ ਪੋਤਰੇ ਦੇ ਵਿਆਹ ਜਾਣਾ ਹੀ ਤਾਂ ਆ ਜੇ ਮੇਰੇ ਸਿਰ ਤੇ ਮਹਿੰਦੀ ਲਾਓਗੀਆਂ ਨਹੀਂ ਤੇ ਮੈਂ ਜਾਂਦੀ ਹੀ ਨਹੀਂ ਉੱਥੇ ਲੋਕੀ ਕੀ ਕਹਿਣਗੇ ਇਹਦੀ ਦਾਦੀ ਬੁਢੀ ਹੋ ਗਈ ਹੁਣ ਭਾਈ ਮਾਤਾ ਤੇ ਬਣ ਗਈ ਇਸ ਤੋਂ ਪਰੇ ਕੀ ਅਖਵਾਉਣਾ ਚਾਹੁੰਦੇ ਤੇ ਜੇ ਯਤਨ ਕਰੇ ਕਿ ਜਮ ਰਾਜੇ ਦੇ ਦੂਤਾਂ ਨੂੰ ਭਲੇਖਾ ਪੈ ਜਾਣਾ ਉਹਨਾਂ ਨੂੰ ਨਹੀਂ ਪੈਣਾ ਸਾਹੇ ਲਿਖੇ ਨਾ ਚਲਣੀ ਜਿੰਦੂ ਕੂੰ ਸਮਝਾਏ ਇੱਕ ਸਵਾਸ ਵੀ ਕਿਸੇ ਦੇ ਪਾਸੋਂ ਮੁੱਲ ਲੈ ਕੇ ਨਹੀਂ ਹੁੰ ਦਿੱਤਾ ਜਾਣਾ ਇੱਕ ਸਾਹ ਵੀ ਜਿੰਨੇ ਸਾਹ ਨੇ ਓਨੇ ਹੀ ਭੋਗ ਕਰਕੇ ਸੰਸਾਰ ਤੋਂ ਜਾਣਾ ਪੈਣਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਸਰੀਰ ਨੂੰ ਪਾਲਣ ਪੋਸ਼ਣ ਵਿੱਚ ਲੱਗਾ ਹੋਇਆ ਚੇਤੇ ਰੱਖ ਇਹ ਤੇ ਨਾਸਵੰਤ ਹੈ ਇਹਨੂੰ ਕਾਲ ਖਲੋਉਣ ਵਾਸਤੇ ਨਹੀਂ ਕਾਲਖ ਮਟਾਉਣ ਵਾਸਤੇ ਵਰਤ ਕਾਲਖ ਮਟਾਉਣ ਵਾਸਤੇ ਕਿਹੜੀ ਕਾਲਖ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਹਾ ਸਿਆਹੋ ਖੰਣਲੀ ਧੋਤੀ ਉਜਲੀ ਨਾ ਹੋਵਈ ਜੇ ਸੌ ਧੋਵਣ ਪਾਉ ਇਹਨੂੰ ਜਨਵਾ ਜਨਮਾਤਰਾ ਦੀ ਅੱਗੇ ਮੈਲ ਲੱਗੀ ਹੋਈ ਹੈ ਇਹ ਮੈਲ ਨੂੰ ਧੋਣ ਦਾ ਯਤਨ ਕਰ ਤੇ ਤੂ ਵੇਗੀ ਕਿਵੇਂ ਭਰੀਐ ਮਤ ਪਾਪਾਂ ਕਾ ਸੰਗ ਉਹ ਧੋਪੈ ਨਾ ਵੈ ਕੈ ਰੰਗ ਜਾ ਜਗਦੀਸ਼ ਕੀ ਗਤ ਨਹੀਂ ਜਾਣੀ ਅਵਸਥਾ ਕੀ ਬਣੀਏ ਜਗਦੀਸ਼ ਜਿਹੜਾ జగਤ ਦਾ ਈਸ਼ਰ ਪਰਮੇਸ਼ਰ ਵਾਹਿਗੁਰੂ ਹੀ ਉਹਦੀ ਗਤੀ ਮਰਿਆਦਾ ਹੀ ਨਹੀਂ ਸਮਝੀ ਉਹਦੀ ਗਤ ਨੂੰ ਸਮਝਿਆ ਹੀ ਨਹੀਂ ਹੈ ਸ਼ਰਨ ਸਮਰੱਥ ਆਗੋਚਰ ਸੁਆਮੀ ਮਹਾਰਾਜ ਕੀ ਕਰਾਂ ਫਿਰ ਕਹਿੰਦੇ ਉਹ ਜਿਹੜਾ ਸਮਰੱਥ ਹੈ ਨਾ ਸਰਬ ਕਲਾ ਸਮਰੱਥ ਪਰਮੇਸ਼ਰ ਵਾਹਿਗੁਰੂ ਹੈ ਆਗੋਚਰ ਜਿਹੜਾ ਇੰਦਰੀਆਂ ਦਾ ਵਿਸ਼ਾ ਨਹੀਂ ਜਿਹੜਾ ਇੰਦਰੀਆਂ ਤੋਂ ਆਵੇ ਹੈ ਇਹਨਾਂ ਇੰਦਰੀਆਂ ਦੁਆਰਾ ਜਿਸ ਦੀ ਜਾਣ ਦੀ ਪ੍ਰਾਪਤੀ ਨਹੀਂ ਹੋ ਸਕਦੀ ਕੇਵਲ ਉਹਦੇ ਆਨੰਦ ਨੂੰ ਮਾਣਿਆ ਜਾ ਸਕਦਾ ਹੈ ਅੱਖਾਂ ਦੇ ਨਾਲ ਉਸ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਦیدਾਰ ਕਰਕੇ ਉਹਨੂੰ ਧਨ ਤੇ ਕਿਹਾ ਜਾ ਸਕਦਾ ਹੈ ਪਰ ਜੇ ਯਤਨ ਕਰੇ ਇਹਨਾਂ ਅੱਖਾਂ ਦੇ ਨਾਲ ਉਹਦੀ ਬਣਾਈ ਸ੍ਰਿਸ਼ਟੀ ਦੀ ਕਲਾ ਨੂੰ ਹੀ ਸਮਝ ਸਕੇ ਤੇ ਨਹੀਂ ਸਮਝ ਸਕੇ ਤੇ ਹੁਣ ਜਿਹੜੇ ਚਾਰ-ਚਾਰ ਅੱਖਰ ਪੜੇ ਨੇ ਉਹ ਕਹਿਣਗੇ ਨਹੀਂ ਜੀ ਵਿਗਿਆਨ ਨੇ ਬੜੀ ਤਰੱਕੀ ਕਰ ਲਈਏ ਪਰ ਸੱਜਣੋ ਵਿਗਿਆਨ ਨੇ ਕੁਦਰਤ ਦਾ ਇੱਕ ਲੜ ਚੁੱਕ ਕੇ ਵੀ ਅਜੇ ਤੱਕ ਨਹੀਂ ਵੇਖਿਆ ਇੱਕ ਲੜ ਚੁੱਕ ਕੇ ਜਿਸ ਕੁਦਰਤ ਬਾਬਤ ਆਪਾਂ ਪੜਦੇ ਨਾ ਕੁਦਰਤ ਕਰਕੇ ਵਸਿਆ ਸੋਏ ਇਹ ਜਿਹੜੀ ਕੁਦਰਤ ਸ੍ਰਿਸ਼ਟੀ ਸਾਜੀ ਹੋਈ ਹੈ ਪਰਮੇਸ਼ਰ ਵਾਹਿਗੁਰੂ ਨੇ ਵਿਗਿਆਨ ਰੋਜ਼ ਆਪਣੀ ਨਵੀਂ ਤਰੱਕੀ ਦੱਸਦਾ ਹੈ ਅੱਜ ਅਸੀਂ ਆ ਨਵਾਂ ਵੇਖਿਆ ਤੇ ਨਾਲ ਇਹ ਕਹਿੰਦਾ ਜਿਹੜਾ ਪਹਿਲਾ ਵੇਖਿਆ ਸੀ ਉਹ ਝੂਠ ਸੀ ਉਹ ਨਹੀਂ ਸੀ ਸਹੀ ਜਿਹੜੀ ਅੱਜ ਤੁਹਾਨੂੰ ਚੀਜ਼ ਦੱਸ ਰਹੇ ਨਾ ਪਹਿਲਾਂ ਕਿਹਾ ਕਿ ਏਨੇ ਤਪਕ ਨੇ ਲਿਖ ਦਿੱਤਾ ਗ੍ਰੰਥਾਂ ਚ ਲਿਖ ਦਿੱਤਾ ਗਿਆ ਕਿ ਏਨੇ ਇੱਕ ਆਕਾਸ਼ ਨੇ ਇੰਨੀਆਂ ਇੱਕ ਤਰਤੀਆਂ ਨੇ ਤੇ ਹੁਣ ਮੰਨਣ ਲੱਗ ਪਏ ਵੀ ਨਹੀਂ ਜਿੱਡੀ ਕੇ ਤਰਤੀਆਂ ਹਜ਼ਾਰਾਂ ਲੱਖਾਂ ਹੀ ਤਰਤੀਆਂ ਹੋਰ ਆਕਾਸ਼ ਚ ਉਡੀਆਂ ਫਿਰਦੀਆਂ ਹੁਣ ਇਹ ਮੰਨਣ ਲਈ ਤਿਆਰ ਹੋ ਅਦੀ ਇੱਕ ਚੰਦਰਮਾ ਮੰਨਦੇ ਸੀ ਹੁਣ ਅਨੇਕਾਂ ਹੀ ਮੰਨੀ ਜਾਂਦੇ ਨੇ ਇਸ ਕਰਕੇ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਰਚੀ ਹੋਈ ਸ੍ਰਿਸ਼ਟੀ ਹੈ ਉਹਦਾ ਭਾਈ ਉਹ ਅਗੋਚਰ ਹੈ ਉਹ ਅਵੇਹ ਹੈ ਇੰਦਰੀਆਂ ਦਾ ਵਿਸ਼ਾ ਨਹੀਂ ਜੇ ਕੋਈ ਬੋਲ ਕੇ ਯਤਨ ਕਰੇ ਜ਼ਬਾਨ ਦੁਆਰਾ ਕਿ ਮੈਂ ਉਹਦੀ ਸਾਰੀ ਮਹਿਮਾ ਕਹਿ ਦਵਾਂਗਾ ਤੇ ਨਹੀਂ ਕਹਿ ਸਕਦਾ ਜੇ ਕੋਈ ਯਤਨ ਕਰੇ ਮੈਂ ਸੁਣ ਲਵਾਂਗਾ ਕੰਨਾਂ ਦੁਆਰਾ ਨਹੀਂ ਸੁਣ ਸਕਦਾ ਸਾਰੀ ਮਹਿਮਾ ਉਸ ਦੀ ਮਹਿਮਾ ਅਵੇਹ ਹੈ ਪਰੇ ਹੈ ਇਹਨਾਂ ਇੰਦਰੀਆਂ ਦਾ ਵਿਸ਼ਾ ਨਹੀਂ ਜੇ ਕੋਈ ਯਤਨ ਕਰੇ ਮੈਂ ਹੱਥਾਂ ਨਾਲ ਲਿਖ ਦਵਾਂਗਾ ਤੇ ਨਹੀਂ ਲਿਖੀ ਜਾ ਸਕਦੀ ਉਥੇ ਤੇ ਫਿਰ ਨੇਤ ਨੇਤ ਸਭ ਕੋ ਕਹੇ ਨਮਸਕਾਰ ਨਮਸਕਾਰ ਹੀ ਕਰਨੀ ਬਾਣ ਆਵੇਗੀ ਇਸ ਕਰਕੇ ਕਹਿੰਦੇ ਉਹ ਜਿਹੜਾ ਸਮਰੱਥ ਸਵਾਮੀ ਹੈ ਉਹਦੀ ਸ਼ਰਨ ਗ੍ਰਹਿਣ ਕਰ ਉਹਦੀ ਸ਼ਰਨ ਵਿੱਚ ਪੈ ਜਾ ਉਦੀ ਸ਼ਰਨ ਵਿੱਚ ਪੈਣ ਦੇ ਨਾਲ ਕੀ ਹੋਵੇਗਾ ਉਧਰ ਨਾਨਕ ਪ੍ਰਭ ਅੰਤਰ ਜਾਮੀ ਕਹਿੰਦੇ ਭਾਈ ਤੇਰਾ ਉਧਾਰ ਹੋ ਜਾਵੇਗਾ ਪਾਤਸ਼ਾਹ ਮੈਂ ਤੇ ਪਾਪੀ ਬਣਾ ਹਾਂ ਮੈਨੂੰ ਅਰਦਾਸ ਕਰਨੀ ਨਹੀਂ ਆਉਂਦੀ ਗੁਰਦੇਵ ਸਤਿਗੁਰੂ ਸਾਹਿਬ ਜੀ ਕਹਿੰਦੇ ਤੇਰੀ ਸਾਰੀਆਂ ਹੀ ਅੰਦਰ ਦੀਆਂ ਜਾਣਣ ਵਾਲਾ ਹੈ ਉਹ ਅੰਤਰ ਜਾਮੀ ਹੈ ਤੂੰ ਜ਼ਬਾਨੋਂ ਨਾਮ ਹੀ ਬੋਲੇ ਤੇਰੀ ਭਾਵਨਾ ਤਾਂ ਵੀ ਸਮਝ ਜਾਵੇਗਾ ਉਹਦਾ ਵਿਰਤੀ ਇਹੋ ਹੈ ਜੋ ਸ਼ਰਨ ਆਵੇ ਤੇ ਸਕੰਠ ਲਾਏ ਇਹ ਬਿਰਦ ਸੁਆਮੀ ਸੰਦਾ ਉਹਦਾ ਬਿਰਦੇ ਆ ਜਿਹੜਾ ਜਿਹੜਾ ਸ਼ਰਨ ਆ ਗਿਆ ਉਹਨੂੰ ਘੁੱਟ ਕੇ ਗਲਵਕੜੀ ਚ ਲੈ ਲੈਂਦਾ ਉਹਨੂੰ ਇਹ ਨਹੀਂ ਪੁੱਛਦਾ ਤੂੰ ਕੌਡਾ ਰਾਖਸ਼ ਹੈ ਤੂੰ ਵਲੀ ਕੰਧਾਰੀ ਹੈ ਤੂੰ ਭੂਮੀਆਂ ਚੋਰ ਹੈ ਤੂੰ ਸੱਜਣ ਠਾਗੇ ਇਹ ਨਹੀਂ ਪੁੱਛਦਾ ਜਿਹੜਾ ਸ਼ਰਨ ਚ ਆ ਗਿਆ ਨਾ ਜਿਨੇ ਨਮਸਕਾਰ ਕਰਕੇ ਆਖਿਆ ਗੁਰਦੇਵ ਗੁਰੂ ਨਾਨਕ ਦੇਵ ਸਾਹਿਬ ਮੈਂ ਭੁੱਲਿਆ ਤੇ ਮੇਰੇ ਬਾਪੂ ਜੀ ਨੇ ਚੁੱਕ ਕੇ ਗਲਵਕੜੀ ਚ ਲੈ ਲਿਆ ਕਹਨ ਲੱਗੇ ਜਿਹੜਾ ਭੁੱਲਿਆ ਉਹਨੂੰ ਹੀ ਅਸੀਂ ਲੱਭਦੇ ਫਿਰਦੇ ਆਂ ਜਿਹੜਾ ਆਪਣੇ ਆਪ ਨੂੰ ਲੱਭ ਕੇ ਬੈਠਾ ਏ ਉਹਨੂੰ ਅਸੀਂ ਜਾਣਦੇ ਹੀ ਕੋਈ ਨਹੀਂ ਜੇ ਭੁੱਲਿਆ ਹੈ ਤੇ ਫਿਰ ਤੇਰੇ ਨਾਲ ਭਾਵ ਤੂੰ ਨੀਵਾ ਹੋ ਕੇ ਆਇਆ ਆ ਤੈਨੂੰ ਘੁੱਟ ਕੇ ਆਪਣੀ ਗਲਵਕੜੀ ਚ ਲਾ ਕੇ ਤੈਨੂੰ ਆਪਣੇ ਨਾਲ ਹੀ ਬਿਠਾ ਲਿਆ ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਉਧਰ ਨਾਨਕ ਪ੍ਰਭ ਅੰਤਰਜਾਮੀ ਉਹਨਾਂ ਦੀ ਸ਼ਰਨ ਗ੍ਰਹਿਣ ਕਰ ਤੇਰੀ ਮੁਕਤੀ ਦਾ ਕਾਰਨ ਬਣ ਜਾਣਗੇ ਇਹ ਸੰਸਾਰ ਸਮੁੰਦਰ ਤੋਂ ਤੂੰ ਮੁਕਤ ਹੋ ਜਾਵੇਂਗਾ ਇਹ ਜਿਤਨੀ ਝੂਠ ਪੁਣੇ ਦੀ ਵਿਕਾਰਾਂ ਦੀ ਮੈਲ ਹੈ ਸਾਰੀ ਲਾਹ ਕਰਕੇ ਪਾਸੇ ਕਰ ਦੇਣਗੇ ਤੇ ਕੀ ਹੋਵੇਗਾ ਮਨ ਚ ਫਿਰ ਜੇ ਸੰਸਾਰ ਰਹਿ ਜਾਵੇ ਤੇ ਕੱਲ ਸ਼ਾਮਦੇ ਦੀਵਾਨਾ ਚ ਵੀ ਬੇਨਤੀ ਕੀਤੀ ਸੀ ਜੇ ਕੋਈ ਇਹ ਸੰਸਾ ਪਾਉਣ ਆ ਜਾਵੇ ਸਿੱਖਾ ਤੂੰ ਪਾਪੀ ਬੜਾ ਤੇਰਾ ਉਧਾਰ ਕਿਵੇਂ ਹੋਵੇਗਾ ਚੇਤੇ ਰੱਖਿਆ ਕਰ ਚੜ੍ਹਦੀ ਕਲਾ ਚ ਰਹੋ ਦੇ ਧਰਮ ਰਾਏ ਦਰ ਕਾਗਦ ਫਾਰੇ ਜਾਂ ਨਾਨਕ ਲੇਖਾ ਸਮਝਾ ਜਦੋਂ ਫਾਈਲ ਮੇਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਹੱਥਾਂ 'ਚ ਚਲੀ ਗਈ ਨਾ ਤੇ ਧਰਮ ਰਾਜੇ ਦੀ ਜੁਰਤੀ ਨਹੀਂ ਮੇਰਾ ਲੇਖਾ ਕਰ ਸਕੇ ਮੇਰੇ ਨਾਲ ਹਿਸਾਬ ਕਿਤਾਬ ਕਰ ਸਕੇ ਮੇਰੀ ਮੇਰੀ ਹੁਣ ਬਾਤ ਮੈਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਧੀਆਂ ਪੁੱਤਰ ਹੋ ਗਏ ਆ ਹੁਣ ਸਾਡਾ ਲੇਖਾ ਸਾਰਾ ਪਾੜ ਗਿਆ ਹੈ ਇਹ ਲੇਖਾ ਪਾੜਨ ਵਾਲਾ ਹੈ ਪਰਮੇਸ਼ਰ ਵਾਹਿਗੁਰੂ ਤਾਂ ਗੁਰਦੇਵ ਕਹਿੰਦੇ ਉਧਰ ਨਾਨਕ ਪ੍ਰਭ ਅੰਤਰਜਾਮੀ ਜਿਹੜੇ ਭਾਈ ਉਹ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਗਏ ਉਹਨਾਂ ਸਾਰਿਆਂ ਦਾ ਉਧਾਰ ਹੋ ਗਿਆ ਇਹ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਸਾਹਿਬ ਜੀ ਨੇ ਅੱਜ ਦੇ ਦਿਹਾੜੇ ਹੁਕਮਨਾਮੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ ਸਹਿਬਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਕਰਦੇ ਹੁਈਆਂ ਪੁੱਲਾਂ ਦੀ ਕਮਾ ਕਰਨੀ ਅੱਗੇ ਤੁਸ ਮਤ ਬਖਸ਼ਣੀ ਜੀ ਸ਼ਰਨ ਸਮਰੱਥ ਆਗੋਚਰ ਸੁਆਮੀ ਉਦਰ ਨਾਨਕ ਪ੍ਰਭ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਦੇ ਕੋ ਹੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਮਨ ਵੱਜੀ ਆਵਾਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣੇ ਆਈਆ ਸਬਦੋ ਦਾ ਗਾਵੋ ਹਰੀ ਕੇ ਰਾ ਮਾਂਜਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਾਭੇ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋਕਿ ਮਨੋ ਬਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਬਸਾਵੇ ਨਾਮ ਜਿਨ ਕੈ ਮਨ ਬਸਿਆ ਬਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਅਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨੈ ਬਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕਰਵਾਨ ਕੀਤਾ ਗੁਰੂ ਵਿਟੋ ਜਿਸ ਦੀ ਆ ਇਹ ਵਡਿਆਈਆ ਕਹੈ ਨਾਨਕ ਸੁਣਹੁ ਸੰਤੋ ਸ਼ਬਦ ਤਰੋਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰਸ ਪਾਗੇ ਘਰਸ ਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਦਵਸ ਕੀਤੇ ਕਾਲਖੰਡ ਕੁਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਚਿਤ ਕਰ ਅਨਹਦ ਵਾਜੇ ਆਨੰਦ ਸਣੋ ਹੋ ਬੜ ਭਾਗੀ ਹੋ ਸਗਲ ਮਨੋ ਰਥ ਪੂਰੇ ਆਉ ਘਰੋਗ ਸੰਤਾ ਪੇ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੀ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਦੇ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂ ਠਾਕਰ ਤੂ ਮੋ ਪਾਹਿ ਅਰਦਾਸ ਜੀਉ ਪਿੰਡ ਸਾਭ ਤੇਰੀ ਮਰੇ ਗੱਟ ਮਿੱਤ ਤੁਮਹੀ ਨਾਨਕ ਦਾਸ ੴ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤ ਜੀ ਸਹਾਇ ਵਾਰ ਸ੍ਰੀ ਭਗਤ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਤ ਜੀ ਸਮਰਕੈ ਗੁਰੂ ਨਾਨਕ ਲਈ ਇਤਹਾਹੇ ਫਰੰਗਤ ਗੁਰ ਤੇ ਅਮਰਦਾਸ ਰਾਮਦਾਸ ਜੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਤੇ ਆਹੀ ਹੈ ਜਿਸ ਡਿਠੇ ਸਭ ਦੁਖ ਜਾ